ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ, ਦੁਇ ਕਰ ਜੋਰ ਕਰੋ ਚਰਣਾ ਪਰ, ਜਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਣੈ ਉਪਮਾ ਗੁਰ ਕੀ, ਗੁਰਮੂਰਤ ਧਿਆਨ ਹਿਰਦੈ ਮਹਿਤਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੋਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ, ਡੋਲਨ ਤੇ ਰੱਖ ਹੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੂਕ ਉਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ੍ਹ ਜਾਏ, ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪੁਰਸ਼ੋਤਮੰ ਪਰਮ ਪਰਾਵਰ ਨਾਥ, ਯੁਗਲ ਚਰਨ ਮਮ ਵੰਦਨਾ, ਧਰ ਕਰ ਧਰ ਪਰਮਾਤ। ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ, ਜਿਸ ਕਰਣਾ ਤੇ ਬੜ ਅਗੀ, ਭਾਵ ਹੈ ਗਤ ਵਿਸ਼ਰਾਮ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਪੰਜਵਾਂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ, ਅੱਜ ਐਤਵਾਰੀ ਹਫ਼ਤਾਵਾਰੀ ਦੀਵਾਨ ਤਥਾ ਰੋਜ਼ਾਨਾ ਦੇ ਜਿਹੜੇ ਸਰੋਤੇ ਹੈ ਔਰ ਦਰਸ਼ਨ ਵਾਲੀਆਂ ਸੰਗਤਾਂ,
ਬੜੇ ਪਿਆਰ ਦੇ ਨਾਲ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਔਰ ਤਥਾ ਸੰਬੰਧਿਤ ਗੁਰੂ ਮਹਾਰਾਜ ਦੇ ਇਤਿਹਾਸਕ ਸਥਾਨਾਂ ਦੀ ਯਾਤਰਾ ਕਰਦੇ ਹੋਏ ਚੱਲ ਰਹੇ ਦੀਵਾਨ ਵਿੱਚ ਹਾਜ਼ਰੀ ਭਰਨ ਲਈ ਗੁਰੂ ਮਹਾਰਾਜ ਨੂੰ ਨਮਸਕਾਰ ਕਰਕੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਸਜ ਰਹੇ ਹਨ। ਕੱਲ ਸਾਧ ਸੰਗਤ ਜੀ ਨੇ ਰਲ ਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਅਵਤਾਰ ਪੁਰਬ ਮਹਾਰਾਜ ਦਾ ਜੋ ਪਵਿੱਤਰ ਅਵਤਾਰ ਸਥਾਨ ਬਡਾਲੀ ਸਾਹਿਬ ਔਰ ਸ਼ਰਟਾ ਸਾਹਿਬ ਉੱਥੇ ਔਰ ਗੁਰੂ ਮਹਾਰਾਜ ਦੇ ਜਿੰਨੇ ਵੀ ਇਤਿਹਾਸਕ ਸਥਾਨ ਜਾਂ ਦੇਸਾਂ ਪ੍ਰਦੇਸਾਂ 'ਚ ਪਿਆਰ ਵਾਲੀਆਂ ਸੰਗਤਾਂ ਨੇ ਰਲ ਮਿਲ ਕੇ ਗੁਰੂ ਮਹਾਰਾਜ ਦਾ ਪਾਵਨ ਪੁਰਬ ਮਨਾਉਂਦਿਆਂ ਹੋਇਆਂ ਕਥਾ ਕੀਰਤਨ ਨਾਮ ਅਭਿਆਸ ਸੇਵਾ ਸਿਮਰਨ ਦੇ ਲਾਹੇ ਲਏ ਹਨ। ਗੁਰੂ ਮਹਾਰਾਜ ਨੇ ਕਿਰਪਾ ਕਰਕੇ ਸਤਸੰਗਤ ਗੁਰਹਿ ਬਤਾਈ, ਗੁਰੂ ਮਹਾਰਾਜ ਨੇ ਸਤਸੰਗਤ ਕਰਨੀ ਦੱਸੀ ਹੈ ਕਿ ਹਰ ਰੋਜ਼ ਸੰਗਤ ਕਰਨੀ ਹੈ। ਜਿਸ ਤਰ੍ਹਾਂ ਮਕਾਨ ਹੈ, ਸਰੀਰ ਹੈ ਜਾਂ ਹੋਰ ਵੀ ਵਸਤੂਆਂ, ਰੋਜ਼ਾਨਾ ਉਹਨਾਂ ਦੀ ਦੇਖਭਾਲ ਸਫਾਈ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਮਨ ਨੂੰ ਪਵਿੱਤਰ ਰੱਖਣ ਵਾਸਤੇ ਹਰ ਰੋਜ਼ ਗੁਰੂ ਮਹਾਰਾਜ ਦੇ ਚਰਨਾਂ 'ਚ ਆ ਕੇ ਪਾਠ ਕੀਰਤਨ ਕਥਾ ਪ੍ਰਸੰਗ ਸਰਵਣ ਕਰਨੇ, ਜਿਸ ਦੇ ਨਾਲ ਇਨਸਾਨ ਦਾ ਉਤਸ਼ਾਹ, ਪਿਆਰ, ਸ਼ਰਧਾ, ਭਗਤੀ ਕਾਇਮ ਰਹਿੰਦੀ ਹੈ। ਮਨ ਦੇ ਵਿੱਚ ਢਿੱਲ ਮੱਠ ਨਹੀਂ ਆਉਂਦੀ। ਜਦੋਂ ਵੀ ਇਨਸਾਨ ਸੰਗਤ ਛੱਡ ਦਿੰਦਾ ਹੈ ਫਿਰ ਇਹਦੇ 'ਤੇ ਕੁਸੰਗਤ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ। ਕਈ ਵਾਰੀ ਐਸਾ ਦੇਖਿਆ ਚੰਗੇ ਚੰਗੇ ਪਰਿਵਾਰਾਂ ਦੇ ਵਿਅਕਤੀ ਵੀ ਕੁਸੰਗਤ ਦੀ ਲਪੇਟ ਵਿੱਚ ਆ ਕੇ ਆਪਣਾ ਜੀਵਨ ਬਰਬਾਦ ਕਰ ਲੈਂਦੇ ਹਨ ਅਤੇ ਦੂਸਰੇ ਪਾਸੇ ਬੜੇ ਬੜੇ ਦੁਰਾਚਾਰੀ ਬੰਦੇ ਜਦੋਂ ਕੁਸੰਗਤ ਛੱਡ ਕੇ ਸਾਧ ਸੰਗਤ ਕਰਨ ਲੱਗ ਪੈਣ, ਬਾਲਮਿਕੈ ਹੋਆ ਸਾਧ ਸੰਗ ਧਰੂੰ ਕੋ ਮਿਲਿਆ ਹਰ ਨਸੰਗ, ਅਜਾਮਲ ਪਾਪੀ ਜਗ ਜਾਨੈ ਨਿਮਖ ਮਾਹੇ ਨਿਸਤਾਰਾ।
ਇੱਕ ਤਾਂ ਪਾਪੀ ਹੁੰਦੇ ਆ ਨਾ, ਘਰ ਤੱਕ ਸੀਮਤ ਆ ਮਹੱਲੇ ਨਗਰ ਵਿੱਚ, ਇੱਕ ਹੁੰਦੇ ਸਾਰੇ ਮਸ਼ਹੂਰ ਹੋ ਜਾਂਦੇ ਦੂਰ ਤੋਂ। ਕਈ ਬੰਦੇ ਤਾਂ ਕੋਈ ਕੁਰਬਾਨੀ ਕਰਕੇ ਪਰਪਕਾਰ ਦਾਨ ਦੁਆਰਾ, ਸਿਮਰਨ ਭਜਨ ਵਿਦਿਆ ਬਾਹੂਬਲ ਦੁਆਰਾ ਸਤਿਕਾਰ ਮਸ਼ਹੂਰੀ ਮਿਲਦੀ ਹੈ। ਕਈ ਵੀ ਬੁਰਾਈ ਕਰਕੇ ਮਸ਼ਹੂਰ ਹੋ ਜਾਂਦੇ ਹਨ। ਕਹਿੰਦੇ ਅਜਾਮਲ ਜਿਹੜਾ ਸੀ ਨਾ, ਇਸ ਤਰ੍ਹਾਂ ਦਾ ਬਣ ਗਿਆ ਅਜਾਮਲ ਪਾਪੀ। ਪਾਪੀ ਕਿਹੋ ਜਿਹਾ, ਜਗ ਜਾਣੇ ਸਾਰਾ ਸੰਸਾਰ ਵੀ ਜਾਣਨ ਲੱਗ ਪਿਆ ਸੀ ਕਿ ਬਹੁਤ ਵੱਡਾ ਪਾਪੀ ਹੈ, ਕਿਉਂਕਿ ਪਹਿਲਾਂ ਬਹੁਤ ਵਿਦਵਾਨ ਵੱਡਾ ਪੰਡਿਤ ਸੀ ਨਾ, ਅਤੇ ਉਹ ਤੋਂ ਬਾਅਦ ਰਾਜਗੁਰੂ ਦੀ ਪਦਵੀ ਮਿਲ ਗਈ, ਮਸ਼ਹੂਰੀ ਤਾਂ ਸੀਗੀ। ਅਤੇ ਗਲਤ ਸੁਸਾਇਟੀ 'ਚ ਪੈਣ ਕਰਕੇ ਉਹ ਮਸ਼ਹੂਰੀ ਦੂਏ ਪਾਸੇ ਬਦਲ ਗਈ। ਪਹਿਲਾਂ ਤਾਂ ਚੰਗੇ ਪਾਸੇ ਸੀ ਨਾ, ਮਸ਼ਹੂਰ ਸੀਗਾ, ਫਿਰ ਦੂਰ ਤੱਕ ਹੋ ਗਿਆ ਕਿ ਅਸੀਂ ਤੈਨੂੰ ਬਹੁਤ ਚੰਗਾ ਸਮਝਦੇ ਸੀ, ਇਹ ਕਿਹੜੇ ਪਾਸੇ ਤੁਰ ਪਿਆ। ਚੰਗਾ ਇਸ ਪਾਸੇ ਹੋ ਜਾਏ ਤਾਂ ਉਹਦੀ ਹੁੰਦੀ ਵੀ ਮਸ਼ਹੂਰੀ ਜ਼ਿਆਦਾ ਆ, ਬੁਰਾ ਆਵੇ ਕਹਿੰਦੇ ਛੱਡੋ ਇਹਦੇ 'ਤੇ, ਪਹਿਲਾਂ ਤਾਂ ਇਹ ਕੁੱਤੇ ਕੰਮ ਸੀ। ਸੋ ਇਸ ਵਾਸਤੇ ਕਹਿੰਦੇ ਇਹੋ ਜਿਹਾ ਪਾਪੀ ਬਣ ਗਿਆ ਅਜਾਮਲ ਪਾਪੀ, ਜਗ ਜਾਣੇ ਸਾਰਾ ਸਾਰ ਜਾਣਨ ਲੱਗ ਪਿਆ। ਪਰ ਜਦੋਂ ਮਹਾਂਪੁਰਸ਼ਾਂ ਦੀ ਸੰਗਤ ਹੋ ਗਈ ਨਾ, ਅਤੇ ਨਿਮਖ ਮਾਹੇ ਨਿਸਤਾਰਾ, ਇਹ ਦੇਰੀ ਨਹੀਂ ਲੱਗੀ, ਪਿਛਲਾ ਸੰਸਕਾਰ ਜਾਗ ਪਿਆ। ਸੰਸਕਾਰ ਤਾਂ ਹੈਗੇ ਸੀ ਨਾ ਧਰਮ ਦੇ, ਉਹ ਪੁੰਨ ਕੋਈ ਉਦੇ ਹੋ ਗਿਆ, ਮਹਾਂਪੁਰਸ਼ਾਂ ਦੀ ਸੰਗਤ ਹੋ ਗਈ। ਨਿਮਖ ਥੋੜ੍ਹਾ ਚਿਰ ਦੀ ਸੰਗਤ ਦਾ ਮਨ ਦੇ ਉੱਤੇ ਬਹੁਤ ਗਹਿਰਾ ਪ੍ਰਭਾਵ ਹੋ ਗਿਆ, ਜਿਹਦੇ ਨਾਲ ਉਹਦੀ ਕਲਿਆਣ ਹੋ ਗਈ। ਸੋ ਇਸ ਵਾਸਤੇ ਸਾਧੂ ਸੰਗਤ ਗੁਰੈ ਬਤਾਈ, ਜਿਹੜੀ ਸਾਧੂ ਜਨਾਂ ਦੀ ਸੰਗਤ ਕਰਨੀ, ਇਹ ਗੁਰੂ ਮਹਾਰਾਜ ਨੇ ਦੱਸੀ ਹੈ। ਚੋਰ ਜਾਰ ਜੁਆਰ ਇਹਨਾਂ ਦੀ ਕੁਸੰਗਤ ਵਿੱਚ ਜਾਣ ਤੋਂ ਤਾਂ ਰੋਕਿਆ ਨਾ। ਕਬੀਰ ਸਾਖਤ ਸੰਗਨ ਕੀਜੀਏ, ਦੂਰੋਂ ਜਾਈਏ ਭਾਗ, ਬਾਸਨ ਕਾਰੋ ਪਰਸੀ, ਹਾਂਜੀ ਤੋ ਕਛ ਲਾਗੈ ਦਾਗ। ਹੁਣ ਕਾਲਾ ਭਾਂਡਾ ਹੱਥ 'ਚ ਫੜਿਆ, ਜਿੰਨਾ ਮਰਜ਼ੀ ਬਚਾ ਲਓ, ਹੁਣ ਤਾਂ ਫਿਰ ਕਾਲਕ ਦੀ ਕਿਰਪਾ ਕਰ ਹੀ ਦੇਣੀ ਹੈ। ਅਤੇ ਜਦੋਂ ਦੁਰਜਨਾਂ ਦੀ ਕੁਸੰਗ 'ਚ ਬੈਠਾਂਗੇ ਨਾ, ਤੁਸੀਂ ਜਿੰਨੇ ਮਰਜ਼ੀ ਸੁਚੇਤ ਰਹੋ, ਉਹਨੇ ਫਿਰ ਤੁਹਾਨੂੰ ਬੁਰਾਈ ਦਾ ਗੱਫਾ ਦੇ ਦੇਣਾ। ਗੱਫਾ ਦੇਣਾ ਵੀ ਬਹੁਤ ਤਕੜਾ, ਜਿਲੇ ਅਰਦਾਸ ਹੋ ਜਾਂਦੀ ਨਾ, ਅਤੇ ਫਿਰ ਨਿਹੰਗ ਸਿੰਘ ਜਿਹੜੇ ਉਹ ਪਰਲੇ ਵਾਲੇ ਨੂੰ ਡਬਲ ਗੱਫਾ ਦਿੰਦੇ ਹੁੰਦੇ ਆ। ਅਤੇ ਜਿਹੜੇ ਫਿਰ ਲੁਚੇ ਲਫੰਗੇ ਆ ਨਾ, ਇਹ ਫਿਰ ਬੁਰਾਈ ਦਾ ਖੁੱਲ੍ਹਾ ਗੱਫਾ ਦੇ ਦਿੰਦੇ ਆ।
ਜੇ ਨਿਹੰਗ ਸਿੰਘ ਡਬਲ ਗੱਫਾ ਦਿੰਦੇ ਆਪਾਂ ਪਿੱਛੇ ਕਿਉਂ ਰਹਿਣਾ। ਉਹ ਬੜਾ ਤਕੜਾ ਗੱਫਾ ਦਿੰਦੇ, ਫਿਰ ਇਹੋ ਜਿਹਾ ਨਾਲ ਗੰਢ ਲੈਂਦੇ ਆ। ਮੁੜ ਕੇ ਨਾ ਉਹ ਮਾਂ ਦਾ, ਨਾ ਪੇ ਦਾ, ਨਾ ਭੈਣ ਦਾ, ਨਾ ਭਰਾ ਦਾ, ਨਾ ਗੁਰੂ ਦਾ, ਨਾ ਪੀਰ ਦਾ, ਬਸ ਉਹਨਾਂ ਜੋਗਾ ਹੀ ਹੋ ਜਾਊਗਾ। ਅਤੇ ਗਿਆਨੀ ਗਿਆਨ ਸਿੰਘ ਨੇ ਲਿਖਿਆ ਨਾ, ਬਾਜੇ ਬਾਜੇ ਐਸੇ ਨਾ ਗੁਰੂ ਦੇ ਨਾ ਪੀਰ ਦੇ। ਕਹਿੰਦੇ ਇਹੋ ਜਿਹਾ ਹੈਗੇ ਨਜ਼ਰ ਵਟੂ, ਨਾ ਗੁਰੂ ਦੇ ਨਾ ਪੀਰ ਦੇ ਕਿਸੇ ਦੇ ਵੀ ਨਹੀਂ ਹੁੰਦੇ। ਘਰ ਵਾਲੀਆਂ ਵੀ ਰੋਂਦੀਆਂ ਫਿਰਦੀਆਂ, ਨਿਆਣੇ ਵੀ ਜਮਕਦੇ ਫਿਰਦੇ ਆ, ਮਾਂ ਪਿਓ ਵੀ ਧੱਕੇ ਖਾਂਦੇ ਫਿਰਦੇ ਆ, ਅਤੇ ਰਿਸ਼ਤੇਦਾਰ ਵੀ। ਹੋਰ ਜਿੱਧਰ ਜਾਊਗਾ ਕੋਈ ਨਾ ਕੋਈ ਸਰੋਪਾ ਸਾਰਿਆਂ ਨੂੰ ਦਊਗਾ। ਇੱਕ ਸੰਗਤ ਦਾ ਪ੍ਰਭਾਵ ਇਹੋ ਜਿਹਾ ਹੋ ਜਾਂਦਾ। ਇਸ ਕਰਕੇ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਤਿੱਥੇ ਤੱਕ ਕਹਿਤ ਵੀ ਇਹਨਾਂ ਦੀ ਸੰਗਤ ਦੀ ਗੱਲ, ਇਹਨਾਂ ਦੀ ਤਾਂ ਗੱਲ ਸੁਣਨੀ ਵੀ ਨਹੀਂ ਚਾਹੀਦੀ। ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ। ਇਹ ਮੇਰੇ ਮੋਹਨ ਪਰਮੇਸ਼ਰ ਪਿਆਰੇ, ਜਿਹੜੇ ਸਾਕਤ ਮਨਮੁਖ ਨਾਸਤਕ ਗੁਰੂ ਘਰ ਦੇ ਦੁਖੀ ਬੰਦੇ ਨੂੰ, ਇਹਨਾਂ ਦੀ ਗੱਲ ਨਾ ਸਾਨੂੰ ਸੁਣਾਓ। ਪਤਾ ਨਹੀਂ ਉਹ ਕੰਨ 'ਚ ਪਈ ਉਹ ਕਿਹੜੇ ਪਾਸੇ ਪ੍ਰੇਰਨਾ ਦੇ ਕੇ ਮਾੜੇ ਪਾਸੇ ਲਾ ਦੇਵੇ। ਸਾਕਤ ਗੀਤ, ਸਾਕਤਾਂ ਦੇ ਗੀਤ, ਹੁਣ ਤਾਂ ਬੜੇ ਸ਼ੌਕ ਨਾਲ ਸੁਣਦੇ ਸਾਕਤਾਂ ਦੇ ਗੀਤ। ਆ ਵਿਆਹ ਸ਼ਾਦੀਆਂ ਹੋਣੀਆਂ ਅਤੇ ਫੇਰਾ ਲਿਆਉਂਦੇ ਹਨ ਇਹਨਾਂ ਨੂੰ, ਨਾਂ ਤਾਂ ਬੀਬਾ ਜੀ ਰੱਖਿਆ, ਸਾਢੇ ਚਾਰ ਪੰਜ ਲੱਖ ਰੁਪਇਆ ਦੇ ਕੇ ਲਿਆਉਂਦੇ ਆ, ਬੜੇ ਸ਼ੌਕ ਨਾਲ ਮਾਇਆ ਦੇ ਕੇ ਸੁਣਦੇ ਆ। ਬੋਤਲ ਪੀਤੀ ਹੁੰਦੀ ਹੈ ਅਤੇ ਬੇਲਾਂ ਵੀ ਬਹੁਤ ਕਰਾਉਂਦੇ ਆ। ਪਹਿਲਾਂ ਤਾਂ ਗੱਫਾ ਉਹ ਨਹੀਂ, ਪਹਿਲਾਂ ਖੁੱਲ੍ਹਾ ਲੈ ਲਿਆ, ਅਤੇ ਜਿਹੜੇ ਸੁਣਨ ਵਾਲੇ ਉਹ ਵੀ ਗੱਫਾ ਖੁੱਲ੍ਹਾ ਦੇ ਜਾਂਦੇ ਆ। ਸਾਕਤ ਗੀਤ, ਸਾਕਤਾਂ ਦੇ ਗੀਤ, ਨਾਦ ਧੁਨ ਗਾਵਤ, ਬੜੀ ਧੁਨ ਚੁਗਾਉਂਦੇ ਹੇਕਾਂ ਲਾ ਲਾ ਕੇ। ਉਹਨੇ ਵੀ ਫਿਰ ਪਾਨ ਸੁਪਾਰੀਆਂ ਖਾਧੀਆਂ ਹੁੰਦੀਆਂ ਨਾ, ਗਲਾ ਗੁਲਾ ਪੂਰਾ ਮੁਰੰਮਤ ਕੀਤਾ ਹੁੰਦਾ, ਬੜੀ ਤਿੱਖੀ ਜਿਹੀ ਆਵਾਜ਼ ਫਿਰ ਗਾਉਂਦੇ ਆ। ਸਾਕਤ ਗੀਤ, ਨਾਦ ਧੁਨ ਗਾਵਤ, ਉਹਨਾਂ ਦੇ ਸ਼ਬਦ ਬੜੇ ਧੁਨ ਦੇ ਵਿੱਚ, ਬੜੀ ਸੁਰ 'ਚ, ਅਤੇ ਜਿਹੜੇ ਬੈਠੇ ਆ ਸ਼ਰਾਬ ਦੀ ਲੋਰ 'ਚ, ਲੈ ਵੀ ਅੱਜ ਤਾਂ ਨਜ਼ਾਰਾ ਹੀ ਆ ਗਿਆ, ਚੌਂਦਾ ਚੌਂਦਾ ਸੁਣਾਇਆ। ਕਿਉਂ ਸੁਣਾਉਣ ਵਾਲੇ ਵੀ ਉਹ ਜਿਹਾ, ਸੁਣਨ ਵਾਲੇ ਵੀ ਉਹ ਜੁੰਡਲੀ ਇਕੱਠੀ ਹੋ ਜਾ ਹੁੰਦੀ ਹੈ, ਚੋਰਨ ਟੋਲਾ ਤਾਂ ਇੱਕੋ ਹੀ ਬੋਲਾ ਹੁੰਦਾ ਫਿਰ। ਸਾਕਤ ਗੀਤ, ਨਾਦ ਧੁਨ ਗਾਵਤ, ਬੋਲਤ ਬੋਲਿਆ ਜਾਏ। ਇਹਨਾਂ ਨੇ ਬੋਲ ਸੁਣਨੇ, ਇਹਨਾਂ ਨਾਲ ਗੱਲਾਂ ਕਰਨੀਆਂ। ਮਹਾਰਾਜ ਕਹਿੰਦੇ ਜਨਮ ਭ੍ਰਸ਼ਟ ਕਰਨ ਵਾਲੀ ਗੱਲ, ਸਮਾਂ ਨਸ਼ਟ ਕਰਨ ਵਾਲੀ ਗੱਲ, ਪਰ ਅੱਜ ਦਾ ਸੰਸਾਰ ਦੇ ਇੱਧਰ ਤੁਰਿਆ ਬਹੁਤ। ਅਤੇ ਜੇ ਕਹੀਏ ਭਾਈ ਜੀ ਤੂੰ ਰੋਜ਼ ਗੁਰਦੁਆਰੇ ਜਾਂਦਾ ਹੁੰਦਾ ਸੀ, ਹੁਣ ਕੀ ਕਰ ਰਿਹਾ? ਕੀ ਕਰੀਏ ਮਹਾਰਾਜ, ਲੋਕ ਇਲਾਜ ਕਰਨਾ ਪੈਂਦਾ, ਗੁਰੂ ਦੀ ਇਲਾਜ ਨਹੀਂ ਲੋਕਾਂ ਦੀ ਇਲਾਜ, ਇੱਧਰ ਤੁਰੇ ਹੋਏ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲੋਕ ਪਤੀਣੇ ਕਛੂ ਨਾ ਹੋਵੇ, ਨਾ ਹੀ ਰਾਮ ਜਾਣ, ਲੋਕ ਕਟੰਬ ਸਭ ਹੋਂ ਤੇ ਤੋਰੈ ਤੋ ਆਪਣ ਬੇਡੀ ਆਵੇ। ਇਹ ਬਾਣੀ ਕੀ ਕਹਿ ਰਹੀ ਹੈ?
ਅਤੇ ਅਸੀਂ ਕੀ ਕਰ ਰਹੇ ਹਾਂ। ਇਸ ਕਰਕੇ ਭਰਥਰੀ ਜੀ ਨੇ ਵੀ ਇੱਥੇ ਤੱਕ ਕਿਹਾ, ਜਿਹੜਾ ਰਾਜਾ ਸਾਧੂ ਹੋਇਆ ਬਿਕਰਮਾ ਜੀ ਦਾ ਭਰਾ ਸੀ ਬੜਾ, ਅੱਜ ਦਾ ਬਿਕਰਮੀ ਸੰਮਤ ਚੱਲਦਾ, ਉਹ ਕਹਿੰਦਾ ਕਿ ਜਿਹੜੇ ਸਾਕਤ ਬੰਦੇ ਨਾ, ਦੁਸ਼ਟ ਲੋਕ, ਨਿੰਦਕ ਗੁਰੂ ਘਰ ਦੇ ਦੁਖੀ ਹੈ, ਕਹਿੰਦੇ ਇਹਨਾਂ ਦੇ ਬਚਨ ਜਿਹੜੇ ਮੇਰੇ ਕੰਨਾਂ 'ਚ ਨਾ ਪੈਣ। ਦੁਸ਼ਟ ਜਨਾਂ ਦੇ ਜਿਹੜੇ ਬਚਨ ਪਰੇ ਨਾ ਕਰਨ ਮਜ਼ਾਰ, ਕਿਤੇ ਭੁੱਲ ਕੇ ਵੀ ਕੰਨਾਂ 'ਚ ਨਾ ਪੈ ਜਾਣ। ਅਤੇ ਅਸੀਂ ਪੈਸੇ ਦੇ ਕੇ ਕੰਨ ਜਿਹੜੇ ਗੰਦੇ ਗੀਤ ਸੁਣ ਕੇ ਤ੍ਰਿਪਤ ਕਰਨ ਲੱਗੇ ਹੋਏ ਹਾਂ, ਕਿਉਂਕਿ ਆਪਣੇ ਉਹਨੂੰ ਬਹੁਤ ਸਿਆਣਾ ਸਮਝਣ ਲੱਗ ਪਏ ਨਾ, ਉਹ ਫਿਰ ਸਿਆਣਿਆਂ ਦੀ ਗੱਲ ਨਹੀਂ ਮੰਨਦਾ ਹੁੰਦਾ। ਜਿਹੜਾ ਬੰਦਾ ਆਪਣੇ ਆਪ ਨੂੰ ਸਿਆਣਾ ਸਮਝਦਾ, ਉਹ ਸਿਆਣੇ ਦੀ ਗੱਲ ਮੰਨੂਗਾ, ਉਹਦੀ ਮੱਤ ਫਿਰ ਜਿਹੜੀ ਖੋਪਰੀ ਪੁੱਠੀ ਹੋ ਜਾਂਦੀ ਹੈ, ਸਿੱਧੀ ਗੱਲ ਤਾਂ ਉਹਨੂੰ ਸੁਣਨੀ ਨਹੀਂ, ਸਿੱਧੇ ਪਾਸੇ ਉਹਨੂੰ ਜਾਣਾ ਨਹੀਂ। ਅਤੇ ਹੁਣ ਸਾਰਾ ਜ਼ਿਆਦਾ ਸਿਆਪਾ ਬੀਬੀਆਂ ਨੂੰ ਕਰਨਾ ਪੈ ਰਿਹਾ ਹੈ। ਕੋਈ ਮਾਂ ਰੋਂਦੀ ਹੈ, ਕੋਈ ਸੱਸ ਰੋਂਦੀ ਹੈ, ਕੋਈ ਭੈਣ ਰੋਂਦੀ ਹੈ, ਕੋਈ ਪਤਨੀ ਰੋਂਦੀ ਹੈ, ਕੋਈ ਧੀ ਰੋਂਦੀ ਹੈ। ਹੁਣ ਕਈਆਂ ਨਾਲ ਤਾਂ ਇਹੋ ਜਿਹਾ ਬਣ ਗਿਆ, ਉਹ ਇੱਕ ਗੋਰਾ ਹੁੰਦਾ ਸੀ ਅਤੇ ਸਿਗਰਟਾਂ ਬਹੁਤ ਪੀਵੇ, ਅਤੇ ਉਹ ਗੋਰੀ ਕਹਿੰਦੀ ਮੈਨੂੰ ਮੁਸ਼ਕ ਆਉਂਦਾ, ਤੂੰ ਸਿਗਰਟ ਪੀਨਾ। ਉਹ ਕਹਿੰਦਾ ਤੂੰ ਵੀ ਪੀਣ ਲੱਗ ਪਾ, ਆਪੇ ਮੁਸ਼ਕ ਹਟ ਜੂਗਾ। ਅਤੇ ਮਾਫ਼ ਕਰਿਓ, ਹੁਣ ਸਾਡੀਆਂ ਬੀਬੀਆਂ ਵੀ ਠੇਕਿਆਂ 'ਤੇ ਜਾ ਕੇ ਸ਼ਰਾਬਾਂ ਖਰੀਦਣ ਲੱਗ ਪਈਆਂ, ਪੀਣ ਲੱਗ ਪਈਆਂ, ਬਹੁਤ ਡਿਵੈਲਪਮੈਂਟ ਕਰ ਰਹੇ ਹਾਂ। ਨਸ਼ਾ ਜਿਹੜਾ ਇੰਨਾ ਪ੍ਰਧਾਨ ਹੋ ਗਿਆ, ਇਹ ਜਦੋਂ ਆਪਾਂ ਸਾਰੇ ਇੱਕ ਪਾਸੇ ਤੁਰਦੇ, ਫਿਰ ਰੋਕਣਾ ਟੋਕਣਾ ਕਹਿੰਦੇ ਹੋ, ਇਹ ਹਾਲ ਬਣਿਆ ਹੋਇਆ। ਪਰ ਮਹਾਰਾਜ ਸਾਨੂੰ ਸਮਝਾਉਂਦੇ ਆ, ਸੁਚੇਤ ਕਰਦੇ ਆ, ਛਾੜ ਰੇ ਮਨ ਡਗਮਗ ਵਾਲੀ ਜਿਹੜੀ ਗੱਲ ਹੈ ਨਾ, ਪਰ ਅਸੀਂ ਲੱਤਾਂ ਲੜ ਖੜਾਉਂਦੀਆਂ ਤਾਂ ਹੈਗੀਆਂ, ਨਸ਼ੇ ਪੀ ਪੀ ਕੇ ਖਾ ਖਾ ਕੇ, ਨੇਰਨੀ ਵੀ ਆਉਂਦੀ ਹੈ, ਹਾਰਟ ਫੇਲ ਵੀ ਰੋਜ਼ ਹੋ ਰਹੇ ਆ, ਪਰ ਅਸੀਂ ਪੁੱਠੇ ਕੰਮ ਕਰਕੇ ਪੁੱਠੀ ਮੌਤ ਹੀ ਮਰਨਾ। ਅਤੇ ਗੁਰਮੁਖਾਂ ਨੂੰ ਸਿੱਧੀ ਮੌਤ ਆਉਂਦੀ ਨਾ, ਉਹ ਤਾਂ ਫਿਰ ਭਜਨ ਬਾਣੀ ਕਰਦੇ, ਨਾਮ ਬਾਣੀ ਕਰਦੇ, ਸੌਖੀ ਸੁਆਸੀ ਜਾਣਗੇ ਬਾਣੀ ਸੁਣਦੇ ਪੜ੍ਹਦੇ ਹੋਏ। ਅਤੇ ਮਨਮੁਖਾਂ ਦੀ ਮੌਤ ਜਿਹੋ ਜਿਹੀ ਹੁੰਦੀ ਤੁਹਾਨੂੰ ਪਤਾ ਹੀ ਹੈ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇਹ ਕਥਾ ਵਾਰਤਾ ਕਿਉਂ ਰੱਖੀ ਹੈ, ਕਥਾ ਵਾਰਤਾ ਬਹਿ ਕੇ ਸੁਣੀਏ, ਕੰਨ ਸੋਝੀ ਆਵੇ, ਸਮਤ ਆਵੇ ਅਤੇ ਗੁਰੂ ਦੀ ਮੱਤ ਹੈ ਕਿ, ਬਹੁਤਿਆਂ ਨੂੰ ਤਾਂ ਇਹ ਨਹੀਂ ਪਤਾ। ਗੁਰੂ ਦੀ ਮੱਤ ਤਾਂ ਹੀ ਆਊਗੀ ਜੇ ਗੁਰਬਾਣੀ ਸੁਣੋਗੇ। ਗੁਰਬਾਣੀ ਦੇ ਵਿੱਚ ਗੁਰੂ ਨੇ ਸਿੱਖ ਨੂੰ ਮੱਤ ਦਿੱਤੀ ਹੈ, ਅਤੇ ਜੇ ਉਹਨਾਂ ਬਚਨਾਂ 'ਤੇ ਅਮਲ ਕਰਾਂਗੇ ਫਿਰ ਮੱਤ ਹੋਜੂ। ਮੈਂ ਤਾਂ ਜਾਣੀ ਆਪਣੀ ਮੱਤ ਦੇ ਮਤੇ ਵਿੱਚ ਮਸਤਿਆ ਹੋਇਆ, ਫਿਰ ਕਿੰਨੇ ਕਲੇਸ਼ ਭੋਗਦਾ। ਸੋ ਇਸ ਵਾਸਤੇ ਆਓ, ਪਿਆਰ ਦੇ ਨਾਲ ਗੁਰੂ ਮਹਾਰਾਜ ਚਰਨ ਨਾਲ ਜੁੜੀਏ, ਮਨ ਵਿਰਤੀ ਦੀ ਇਕਾਗਰਤਾ ਲਈ, ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਸਾਹਿਬ ਜੀ ਸਾਰਗ।
ਮਹੱਲਾ ਪੰਜਵਾ। ਸਾਰੰਗ ਰਾਗ ਦੀ ਬਾਣੀ ਹੈ। ਪੰਜਵੇਂ ਸਤਿਗੁਰੂ ਜੀ ਦੇ ਮਖਾਰਵਿੰਦ ਤੋਂ ਇਹ ਬਖਸ਼ਿਸ਼ ਹੋਈ ਹੋਈ ਹੈ। ਇੱਕ ਤਾਂ ਹੁੰਦਾ ਕੋਈ ਲੀਡਰ ਹੋਇਆ, ਜਦੋਂ ਉਹਦੇ ਕੋਲ ਟੋਲ ਟੱਪਾ ਹੋਵੇ ਨਾ, ਕੁਰਸੀ ਹੁੰਦੀ ਹੈ, ਉਹ ਵੀ ਕਿਸੇ ਨੂੰ ਕੁਝ ਦੇ ਦਿੰਦਾ। ਅਤੇ ਜਦੋਂ ਕੁਰਸੀ ਜਿਹੜੀ ਨਿਕਲ ਜਾਏ ਤਾਂ ਫਿਰ ਦੇਣਾ ਲੈਣਾ ਕੀ ਹੈ, ਫਿਰ ਦੂਜਾ ਪਾਰਟੀ ਆ ਜੂ, ਉਹ ਕਹੂਗਾ ਸਾਡੇ ਵਿਰੋਧੀ ਪਾਰਟੀ ਨੂੰ ਦਿੱਤਾ ਸੀ ਇਹਨੂੰ, ਉਹ ਫਿਰ ਉਹ ਵੀ ਖੋ ਲੈਂਦਾ ਅਤੇ ਦੂਜੇ ਪਾਸੇ ਕਲੇਸ਼ ਵੀ ਉਹਦੇ ਲਈ ਖੜ੍ਹਾ ਕਰ ਦਿੰਦਾ। ਪਰ ਜਿਹੜੀ ਗੁਰੂ ਮਹਾਰਾਜ ਦੀ ਬਖਸ਼ਿਸ਼ ਹਨ, ਪ੍ਰਭ ਜੀ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਥੋੜ੍ਹਾ ਮਾਤਰ ਵੀ ਗੁਰੂ ਘਰ ਦੇ ਵਿੱਚ ਸ਼ਰਧਾ ਭਗਤੀ ਨਾਲ ਸੇਵਾ ਕਰਦਾ ਨੂੰ, ਸਿਮਰਨ ਕਰਦਾ ਹੈ, ਸਤਸੰਗ ਕਰਦਾ ਹੈ, ਮਹਾਰਾਜ ਤਾਂ ਉਹਨੂੰ ਮਹਾਨ ਬਖਸ਼ਾਂ ਕਰ ਦਿੰਦੇ। ਇੱਕ ਡਾਕੂ ਹੁੰਦਾ ਸੀ, ਉਹ ਮਰ ਗਿਆ ਅਤੇ ਜਿਹੜੀ ਉਹਦੇ ਘਰ ਵਾਲੀ ਸੀ ਉਹ ਵੀ ਬੜੀ ਚੰਟ ਸੀ, ਕਿਉਂਕਿ ਹੁਣ ਮਾਲ ਮੱਤਾ ਲਿਆਉਂਦਾ ਸੀ ਅਤੇ ਜੇ ਉਹਦੇ ਨੂੰ ਉਹਦੀ ਅਕਲ ਉੱਪਰ 'ਚ ਹੀ ਜਾਊਗੀ ਤਾਂ ਹੀ ਸੰਭੂਗੀ ਮਾਲ, ਕਿਉਂਕਿ ਮਾਲ ਲਿਆਉਣਾ ਵੀ ਔਖਾ ਅਤੇ ਸਾਂਭਣਾ ਅਤੇ ਪਹੁੰਚਾਉਣਾ ਹਜ਼ਮ ਕਰਨਾ ਵੀ ਔਖਾ ਹੁੰਦਾ। ਉਹ ਵੀ ਬੜੀ ਹੁਸ਼ਿਆਰ ਸੀ, ਮੁੰਡੇ ਨੂੰ ਪਾਲਿਆ, ਇੱਕੋ ਇੱਕ ਸੀ, ਉਹ ਜਵਾਨ ਹੋਇਆ, ਉਹ ਮਾਂ ਨੂੰ ਕਹਿਣ ਲੱਗਾ ਕਿ ਮਾਤਾ ਜੀ ਮੇਰਾ ਪਿਓ ਕੀ ਕੰਮ ਕਰਦਾ ਹੁੰਦਾ ਸੀ। ਉਹ ਕਹਿੰਦੀ ਕਾਲਾ ਨਾ ਪੈ, ਤੈਨੂੰ ਮੈਂ ਰੈਡੀ ਕਰ ਰਹੀ ਹਾਂ, ਤਿਆਰ ਪਰ ਤਿਆਰ ਕਰ ਰਹੀ ਹਾਂ। ਅੱਜ ਕੱਲ੍ਹ ਬੀਬੀਆਂ ਵੀ ਰੈਡੀ ਕਰਦੀਆਂ ਨਾ ਕਿ ਕਿਹੜਾ ਨਿਆਣਿਆਂ ਦੇ ਕੇਸ ਬਾਹੂਗਾ, ਜੂੜਾ ਕਰੂਗਾ, ਉਹ ਫਿਰ ਡੇਢ ਡੇਢ ਸਾਲ ਦਿਆਂ ਦੀ ਹਜਾਮਤ ਕਰਾ ਦਿੰਦੀ ਹਾਂ, ਇਹ ਹੁਣੇ ਉਹ ਤਿਆਰ ਕਰ ਰਹੀ ਹਾਂ। ਗੁਰਸਿੱਖੀ ਵਿੱਚ ਤਿਆਰ ਨਹੀਂ ਕਰ ਰਹੀਆਂ, ਪਰਪੱਕ ਇਸ ਪਾਸੇ ਲੱਗੀਆਂ ਹੋਈਆਂ। ਇਹ ਹੁਣ ਡਾਕੂ ਦੇ ਘਰ ਵਾਲੀ ਸੀ ਅਤੇ ਡਾਕੂ ਦੀ ਮਾਂ ਹੈ, ਕਹਿੰਦੇ ਕੋਈ ਨਹੀਂ, ਹੌਲੀ ਹੌਲੀ ਫਿਰ ਉਹਨੂੰ ਉੱਧਰ ਦੇ ਸਾਰੇ ਜਿਹੜੇ ਗੁਰ ਸੀ ਨਾ ਨੁਕਤੇ ਸੀ ਉਹ ਦੱਸਣੇ ਸ਼ੁਰੂ ਕਰਦੇ। ਫਿਰ ਕਹਿੰਦੇ ਅਸਲੀ ਤਾਂ ਹੀ ਗੱਲ ਦੱਸੂੰਗੀ, ਭਾਵੇਂ ਤੈਨੂੰ ਪੋਰੀ ਪੋਰੀ ਕਰਕੇ ਵੱਢ ਸਿੱਟੇ, ਇੱਕ ਤਾਂ ਸੱਚ ਨਹੀਂ ਬੋਲਣਾ, ਦੱਸਣਾ ਨਹੀਂ, ਜਿੰਨੀ ਮਰਜ਼ੀ ਕੁੱਟ ਪਵੇ ਫਿਰ ਦੱਸੂੰਗੀ। ਉਹਨੂੰ ਇਹਨੇ ਪੱਕਾ ਕਰ ਲਿਆ ਠੋਸ, ਉਹ ਜਿਵੇਂ ਖਿਡਾਰੀ ਹੈ ਨਾ ਇੱਟਾਂ ਦੇ ਉੱਤੇ ਮੌਕੇ ਮਾਰ ਮਾਰ ਕੇ ਹੱਥ ਪਕਾਉਂਦੇ ਆ, ਅਤੇ ਪੱਕਾ ਕਰ ਲਈਏ। ਅਤੇ ਪਹਿਲਵਾਨ ਜਿਹੜੇ ਆ ਉਹ ਮਾਰ ਮਾਰ ਅੱਡੀਆਂ ਹਨ, ਚਮੜੀ ਛਿੱਲਦੇ ਨਾ, ਇਹਨੂੰ ਪੱਕਾ ਕਰੀਏ, ਪੂਰਾ ਪੱਕਾ ਕਰ ਰਹੀ ਹੈ, ਪੱਕਾ ਕਰ ਦਿੱਤਾ। ਅਤੇ ਕੱਚੀ ਚੀਜ਼ ਤਾਂ ਫਿਰ ਕੱਚੀ ਹੁੰਦੀ ਹੈ ਨਾ, ਪਰ ਬੁਰਾਈ ਵੱਲ ਪੱਕਾ ਕਰ ਰਹੀ ਹੈ, ਚੰਗਿਆਈ ਵੱਲ ਨਹੀਂ। ਅੱਜ ਕੱਲ੍ਹ ਲੋਕ ਇੱਧਰ ਜ਼ਿਆਦਾ ਤੁਰੇ ਹੋਏ ਆ, ਚੰਗਿਆਈ ਵੱਲ ਪੱਕੇ ਨਹੀਂ ਹੋ ਰਹੇ, ਬੁਰਾਈ ਵੱਲ। ਅਤੇ ਸਾਧ ਸੰਗਤ ਜੀ ਉਹ ਫਿਰ ਕਹਿੰਦੀ ਵੀ ਤੇਰਾ ਜਿਹੜਾ ਪਿਓ ਸੀ ਨਾ ਉਹ ਚੋਰੀਆਂ ਡਾਕੇ ਮਾਰਦਾ ਹੁੰਦਾ ਸੀ, ਕਹਿੰਦੇ ਫਿਰ ਤਾਂ ਠੀਕ ਹੈ,
ਉਹਨੂੰ ਫਿਰ ਨੋਕਦੇ ਸਮਝਾ ਦਿੱਤੇ, ਲੱਗ ਪਿਆ ਫਿਰ ਉਹ ਪਹਿਲਾਂ ਤਾਂ ਛੋਟੀਆਂ ਛੋਟੀਆਂ ਚੋਰੀਆਂ ਲਗਾ ਕੇ ਨਾ ਕਰਨ, ਜਿਵੇਂ ਪਹਿਲਾਂ ਕਹਿੰਦੀ ਜੁੱਤੀ ਚੱਕ ਲਈ, ਨਹਾਉਂਦੇ ਦਾ ਬੈਗ ਚੁੱਕ ਕੇ ਲੈ ਗਿਆ, ਤੌਲੀਆ ਕਛਹਿਰਾ ਚੁੱਕ ਕੇ ਲੈ ਗਿਆ, ਫਿਰ ਹੌਲੀ ਹੌਲੀ ਸਾਈਕਲ ਚੁੱਕ ਲਿਆ, ਫਿਰ ਮੋਟਰਸਾਈਕਲ ਚੁੱਕ ਲਿਆ, ਫਿਰ ਗੱਡੀ ਕਾਰ ਚੁੱਕ ਲਈ। ਹੁਣ ਤਾਂ ਇੱਥੇ ਤਾਂ ਇਹ ਬੰਦੇ ਬੰਦੇ ਨੂੰ ਚੁੱਕ ਕੇ ਲੈ ਜਾਂਦੇ ਆ, ਅਗਵਾ ਕਰਕੇ, ਰੱਖ ਵੀ ਕੀ ਆ ਤੇਰੇ ਕੋਲ, ਨਹੀਂ ਤਾਂ ਦੇਖ ਘੰਟੀ 'ਤੇ ਰੱਖੀ ਹੋਈ ਹੈ, ਬਸ ਫਿਰ ਪੱਕਾ ਹੋ ਗਿਆ। ਫਿਰ ਜੀ ਰਾਜੇ ਦੀ ਚੋਰੀ ਜਾ ਕੀਤੀ, ਰਾਜੇ ਨੇ ਕਿਹਾ ਵੀ ਮੇਰੇ ਚੋਰੀ ਹੋਈ ਜਾਂਦੀ, ਬਾਕੀ ਲੋਕਾਂ ਦਾ ਕੀ ਹਾਲ ਹੋਊ। ਹੁਣ ਫਿਰ ਸਿਕੰਜਾ ਲਾਇਆ ਚੰਗਾ, ਫੜੋ ਬਈ, ਕੋਈ 10 ਨੰਬਰੀਆਂ ਲਿਸਟਾਂ ਇਹਨਾਂ ਕੋਲ ਹੁੰਦੀਆਂ ਹੀ ਆ, ਫੜ ਲਿਆ ਸਾਰੇ, ਕੁੱਟ ਕਟਾਪਾ ਚੀਕ ਝਿਹਾੜਾ ਹੋਇਆ, ਸੱਚਾਈ ਮਿਲੇ ਨਾ। ਰਾਜੇ ਨੇ ਕਿਹਾ ਹੁਣ ਕਿਵੇਂ, ਅੱਜ ਕੱਲ੍ਹ CID ਕਹਿੰਦੇ, ਉਦੋਂ ਫਾਫਾ ਕੁੱਟਣੀਆਂ ਕਹਿੰਦੇ ਹੁੰਦੇ ਸੀ, ਫਾਫਾ ਕੁੱਟਣੀ ਨੂੰ ਬੁਲਾ ਲਿਆ, ਇਹ ਲੱਜ ਸੱਚਾਈ ਉਹ ਭੇਸ ਬਦਲ ਕੇ ਘੁੰਮ ਰਹੀ ਹੈ। ਉਹਦੇ ਅੱਗੇ ਵੀ ਜਦੋਂ ਆਈਏ ਆਹ ਘਰ ਨੂੰ ਜੰਦਾ ਲੱਗਾ ਹੁੰਦਾ, ਨਾ ਕੋਈ ਖੇਤੀ, ਨਾ ਕੋਈ ਦੁਕਾਨਦਾਰੀ, ਨਾ ਕੋਈ ਵਪਾਰ, ਨਾ ਕੋਈ ਨੌਕਰੀ, ਗੁਜ਼ਾਰਾ ਕਿਵੇਂ ਹੁੰਦਾ। ਉਹਨੂੰ ਸ਼ੱਕ ਪੈ ਗਈ ਵੀ ਇਹੀ ਹੈ, ਆਂਢ ਗੁਆਂਢ ਤੋਂ ਵੀ ਪੁੱਛ ਲਿਆ, ਮਾੜਾ ਮੋਟਾ ਸਰਾਖ ਤਾਂ ਮਿਲਿਆ ਹੀ ਜਾਂਦਾ ਹੁੰਦਾ ਜਿਹੋ ਜਿਹੇ ਕਰਤੂਤ ਕੋਈ ਕਰਦਾ। ਉਹਨੂੰ ਪੱਕਾ ਹੋ ਗਿਆ ਇਹੀ ਹੈ, ਰਿਪੋਰਟ ਦਿੱਤੀ ਰਾਜੇ ਨੂੰ, ਉਹਨੂੰ ਗ੍ਰਿਫਤਾਰ ਕਰ ਲਿਆ। ਜਿਹੜੇ ਪੁਰਾਣਾ ਰੋਜ਼ਨਾਮਚਾ ਕੱਢਿਆ ਅਤੇ ਪਤਾ ਲੱਗ ਗਿਆ ਵੀ ਇਹਦਾ ਪਿਓ ਦਾ ਬਹੁਤ ਵੱਡਾ ਡਾਕੂ ਸੀ, ਕੁੱਟ ਕਟਾਪਾ ਉਹਦਾ ਵੀ ਹੋਇਆ, ਪਰ ਮਾਂ ਨੇ ਪੂਰਾ ਚੰਡਿਆ ਹੋਇਆ ਸੀ, ਉਹ ਕਿੱਥੇ ਮੰਨੇ। ਇੱਕ ਤਾਂ ਕਹਿੰਦੀ ਕਿਸੇ ਸੰਤ ਦੀ ਸੰਗਤ ਭੁੱਲ ਕੇ ਨਹੀਂ ਕਰਨੀ, ਇਹ ਨੋਟ ਕਰ ਲਓ। ਦੂਜਾ ਗੁਰਦੁਆਰੇ ਧਰਮਸ਼ਾਲਾ ਨਹੀਂ ਜਾਣਾ ਅਤੇ ਕਥਾ ਵਾਰਤਾ ਨਹੀਂ ਸੁਣਨੀ, ਅਤੇ ਆਪਣਾ ਕੰਮ ਵੀ ਹੁਣ ਇਹੀ ਹੈ ਨਾ, ਪਹਿਲੀ ਗੱਲ ਤਾਂ ਜਾਣਾ ਨਹੀਂ, ਜੇ ਭੁੱਲ ਭੁਲੇਖੇ ਆ ਗਏ ਤਾਂ ਸੁਣਨਾ ਨਹੀਂ, ਅਤੇ ਜਿਹੜੇ ਬੈਠੇ ਸੁਣਦੇ ਆ ਨਾ ਉਹਨਾਂ ਦੇ ਠੋਡੇ ਜ਼ਰੂਰ ਮਾਰੀ ਜਾਣੇ ਆ, ਆਪ ਬਹਿਣਾ ਨਹੀਂ, ਉਹਨਾਂ ਦਾ ਵੀ ਰਸ ਖਰਾਬ ਕਰ ਦੇਣਾ ਜਿਹੜੇ ਸਰੋਤੇ ਪਹਿਲਾਂ ਬੈਠੇ, ਕਿਉਂਕਿ ਜਦੋਂ ਵਿੱਚੋਂ ਉੱਠਣਾ ਤਾਂ ਠੋਡੇ ਤਾਂ ਅਗਲੇ ਦੇ ਵੱਜਣੇ ਆ। ਸਾਡਾ ਇਹ ਕੰਮ ਹੈ ਕਿ ਸਰੋਤਿਆਂ ਦਾ ਵੀ ਰਸ ਨਹੀਂ ਰਹਿਣ ਦੇਣਾ, ਜੇ ਕੋਈ ਪ੍ਰੇਮ ਨਾਲ ਸੁਣਦਾ ਜੀ ਆਪ ਬਹਿਣਾ ਨਹੀਂ, ਅਤੇ ਦੂਏ ਬੈਠੇ ਹੋਏ ਨੂੰ ਟੇਕ ਕੇ ਬਹਿਣ ਨਹੀਂ ਦੇਣਾ, ਉਹਦਾ ਧਿਆਨ ਨਹੀਂ ਟੇਕਣ ਦੇਣਾ, ਜਾਂ ਕੋਈ ਸੁੱਟ ਗੁੱਸੜ ਕਰਨ ਲੱਗ ਪੈਣਾ। ਉਹ ਸਾਧ ਸੰਗਤ ਜੀ ਜ਼ਿਲ੍ਹੇ ਐਸਾ ਹੋਇਆ, ਚੋਰੀ ਕਰ ਲਈ, ਪੰਡਾ ਬਣ ਕੇ ਜਾ ਰਿਹਾ, ਅਤੇ ਉੱਧਰ ਬੰਦੇ ਜਾਗ ਪਏ ਪਹਿਰੇਦਾਰ, ਭਜਨ ਅੱਠ ਹੋਏ, ਅਤੇ ਹੁਣ ਦੇਖਦਾ ਵੀ ਜਦੋਂ ਗੁਰਦੁਆਰੇ ਵਾਲੀ ਚੀਜ਼ ਹੈ ਜੀ, ਇੱਥੇ ਰਸਤਾ ਨੇੜੇ ਹੈ, ਉੱਪਰ ਜੀ ਗਿਆ ਦੂਰ ਹੈ, ਅਤੇ ਨਾਲ ਗੁਰਦੁਆਰੇ ਵੱਲ ਜ਼ਿਆਦਾ ਸੰਗਤ ਜਾਂਦੀ ਹੁੰਦੀ ਹੈ ਵੀ ਸ਼ੱਕ ਘੱਟ ਪਊਗਾ ਵੀ ਚੋਰ ਇੱਧਰ ਗਿਆ, ਜੇ ਪਾਂਡਿਆ ਤਾਂ ਕਹਿਣਗੇ ਵੀ ਗੁਰਦੁਆਰੇ ਲਈ ਕੋਈ ਸਮਾਨ ਲੈ ਕੇ ਜਾਂਦਾ ਹੋਣਾ, ਇਹ ਵੀ ਖਚਰੇ ਬਹੁਤ ਹੁੰਦੇ ਨਾ। ਅਤੇ ਉੱਧਰ ਨੂੰ ਜਾ ਰਿਹਾ ਅਤੇ ਕਥਾ ਸੰਤ ਕਰਦੇ ਸੀ, ਅਤੇ ਮਾਂ ਨੇ ਹੁਣ ਚੰਗਾ ਪੱਕਾ ਕੀਤਾ ਹੈ ਵੀ ਸੰਤਾਂ ਕੋਲ ਨਹੀਂ ਜਾਣਾ ਅਤੇ ਸੰਤਾਂ ਦੀ ਗੱਲ ਨਹੀਂ ਭੁੱਲ ਕੇ ਵੀ ਸੁਣਨੀ। ਹੁਣ ਕੰਨਾਂ ਚੁੰਗਲਾਂ ਐਨ ਚੰਗੀ ਤਰ੍ਹਾਂ ਠੋਕ ਲਈਆਂ,
ਇਹ ਸੰਤਾਂ ਦੀ ਗੱਲ ਕੰਨ 'ਚ ਨਾ ਪੈ ਜਾ। ਇਹੋ ਜਿਹਾ ਪੱਕਾ ਕੀਤਾ ਉਹ, ਹੁਣ ਜਿਹੜੇ ਅਸੀਂ ਪੈਰ 'ਚ ਵੱਜ ਗਿਆ ਕੰਡਾ ਅਤੇ ਹੱਥ ਛੱਡਿਆ, ਕੰਨ ਉਂਗਲ ਕੱਢੀ, ਸੰਤ ਕਥਾ ਕਰਦੇ ਸੀ, ਦੱਸਦੇ ਤਾਂ ਬਹੁਤ ਕੁਝ ਸੀ। ਕਹਿੰਦੇ ਜਿਹੜੇ ਦੇਵੀ ਦੇਵਤੇ ਹੁੰਦੇ ਨਾ, ਇਹਨਾਂ ਦਾ ਪਰਛਾਵਾਂ ਨਹੀਂ ਹੁੰਦਾ, ਦੂਜਾ ਇਹ ਅੱਖ ਨਹੀਂ ਚਮਕਦੇ ਹੁੰਦੇ, ਇਹ ਨਿਸ਼ਾਨੀ ਹੁੰਦੀ ਹੈ, ਤੀਜਾ ਉਹਨਾਂ ਦੇ ਦੁਆਲੇ ਲਾਈਟ ਪ੍ਰਕਾਸ਼ ਹੁੰਦਾ, ਅਤੇ ਚੌਥਾ ਧਰਤੀ 'ਤੇ ਪੈਰ ਨਹੀਂ ਲੱਗਦੇ ਹੁੰਦੇ। ਇਹੋ ਜਿਹੀਆਂ ਕੁਝ ਗੱਲਾਂ ਬਾਤਾਂ ਦੱਸ ਦਿੱਤੀਆਂ। ਉਜਲੇ ਕੰਨਾਂ 'ਚੋਂ ਆਵਾਜ਼ ਪਈ ਨਾ, ਅਤੇ ਜਿਹੜਾ ਦੇਵਤਾ ਉਹਦਾ ਪਰਛਾਵਾਂ ਨਹੀਂ ਹੁੰਦਾ, ਅੱਖ ਨਹੀਂ ਝਮਕਦਾ ਹੁੰਦਾ, ਲਾਈਟ ਹੁੰਦੀ ਹੈ ਉਹਦੇ ਦੁਆਲੇ। ਕਈਆਂ ਨੇ ਅੱਜ ਕੱਲ੍ਹ ਬਨੌਟੀ ਬਣਾਈ ਹੈ ਨਾ, ਅੱਜ ਕੱਲ੍ਹ ਬਨੌਟੀ ਗੁਰੂ ਬਹੁਤ ਬਣੇ ਹੋਏ ਆ। ਗੁਰੂ ਨਾਨਕ ਸਾਹਿਬ ਦੇ ਤਾਂ ਦੁਆਲੇ ਨੂਰ ਹੈਗਾ ਹੀ ਸੀ ਨਾ, ਉਹ ਫਰਜ਼ੀ ਬਣਾਈ ਫਿਰਦੇ ਆ, ਅਤੇ ਜਾਂ ਆਪਣੀ ਫੋਟੋ ਲਾ ਕੇ, ਗੁਰੂ ਸਾਹਿਬ ਦੀ ਫੋਟੋ ਲਾ ਕੇ ਉਹਨਾਂ ਦੇ ਪਵਿੱਤਰ ਹੱਥ 'ਚੋਂ ਲਾਈਟ ਆਪਣੇ ਸਿਰ 'ਤੇ ਪਾਈ ਹੋਊ। ਇਹੋ ਜਿਹੀਆਂ ਫੋਟੋਆਂ ਬਣਾ ਕੇ ਬਹੁਤ ਵੇਚ ਰਹੇ, ਕਿਉਂਕਿ ਅਸੀਂ ਪੂਰੇ ਨਕਲੀ ਅਤੇ ਭੰਡ ਬਣ ਗਏ ਨਾ, ਇਹੋ ਜਿਹਾ ਕੰਮ ਕਰਨ ਲਈ ਬਹੁਤ ਹੁਸ਼ਿਆਰ ਹੋ ਗਏ ਹਾਂ, ਬੋਗਸ ਕੰਮ ਕਰਨ ਵਾਸਤੇ। ਧਰਮ ਦੇ ਨਾਂ 'ਤੇ ਵੀ ਆਪਾਂ ਇਹੋ ਜਿਹੀਆਂ ਚਲਾਕੀਆਂ ਕਰਦੇ ਹਾਂ, ਅਤੇ ਸਾਧ ਸੰਗਤ ਜੀ ਕਮਾਈ ਕਰਕੇ ਤਾਂ ਲਾਈਟ ਹੋਈ ਨਹੀਂ, ਅਤੇ ਫਰਜ਼ੀ ਲਾਈਟ ਨਹੀਂ, ਅਤੇ ਮਹਾਰਾਜ ਸਾਡੇ 'ਤੇ ਲਾਈਟ ਪਾ ਰਹੇ ਆ। ਉਹ ਸਾਧ ਸੰਗਤ ਜੀ, ਰਾਜੇ ਨੇ ਫਾਫਾ ਗੁਰੂ ਨੂੰ ਕਿਹਾ ਵੀ ਹੁਣ ਬੰਦਾ ਤਾਂ ਫੜਾ ਦਿੱਤਾ ਅਤੇ ਸੱਚਾਈ ਕੱਢੋ, ਕੁੱਟਿਆ ਬਹੁਤ, ਉਹ ਨਹੀਂ ਪੇਦਾ ਪੁੱਤ ਮੰਨਿਆ, ਕਿਉਂ ਮਾਂ ਨੇ ਐਨ ਚੰਗੀ ਗੁੜਤੀ ਦਿੱਤੀ ਹੋਈ ਸੀ, ਅਤੇ ਸੱਚ ਨਹੀਂ ਬੋਲਣਾ, ਸੰਤਾਂ ਦੀ ਸੰਗਤ ਨਹੀਂ ਕਰਨੀ, ਧਰਮਸ਼ਾਲਾ ਨਹੀਂ ਜਾਣਾ, ਕਥਾ ਵਾਰਤਾ ਨਹੀਂ ਸੁਣਨੀ, ਭਾਵੇਂ ਪੋਰੀ ਪੋਰੀ ਕਰਕੇ ਵੱਢ ਟੁੱਕ ਸਿੱਟਣ, ਦੱਸਣਾ ਨਹੀਂ ਹੈ। ਹੁਣ ਕੁਦਰਤੀ ਬਚਨ ਤਾਂ ਪੈ ਗਿਆ ਕੰਨ 'ਚ, ਹੁਣ ਜੇਲ੍ਹ 'ਚ ਬੈਠਾ, ਅਤੇ ਰਾਜੇ ਨੇ ਕਿਹਾ ਹੁਣ ਸੱਚਾਈ ਕੱਢੋ, ਕੁੱਟ ਤਾਂ ਮੰਨਿਆ ਨਹੀਂ ਹੈ, ਉਮਰਾਂ ਹਾਲੇ ਅਲੜਿਆ, ਇਹ ਸ਼ੱਕ ਨਹੀਂ ਪੈਂਦੀ ਵੀ ਹਾਲੇ ਚੋਰੀ ਕਰਨ ਲੱਗਾ ਹੋਊਗਾ। ਅਤੇ ਰਾਜੇ ਨੇ ਕਿਹਾ ਵੀ ਪੂਰਾ ਕਰੋ। ਉਹਨੇ ਕੀ ਕੀਤਾ, ਹੁਣ ਫਰਜ਼ੀ ਦੇਵੀ ਦਾ ਰੂਪ ਧਾਰ ਲਿਆ, ਅਤੇ ਕਲਾ ਦਾ ਸ਼ੇਰ ਬਣਾ ਲਿਆ, ਹੱਥ 'ਚ ਤਰਸੂਲ ਫੜ ਲਿਆ, ਟਿੱਕੇ ਛਿੱਕੇ ਲਾ ਲਿਆ, ਸਿਰ 'ਤੇ ਮੁਗਟ ਵੀ ਪੂਰਾ ਬਣਾ ਲਿਆ, ਅਤੇ ਅੱਜ ਕੱਲ੍ਹ ਵੀ ਆ ਕਈ ਫਿਰਦੀਆਂ ਹੁੰਦੀਆਂ ਸਟੇਸ਼ਨਾਂ 'ਤੇ, ਫਰਜ਼ੀ ਦੇਵੀਆਂ ਬਣੀਆਂ ਨਾ, ਤਰਸੂਲ ਫੜਿਆ ਹੁੰਦਾ ਸਿਰ 'ਤੇ, ਉਹ ਦੂਈ ਦੇਵੀ ਤਾਂ ਦੂਆ ਮੁਕਟ ਹੁੰਦਾ ਨਾ, ਇਹਨੇ ਕਾਗਜ਼ ਦਾ ਬਣਾ ਕੇ ਰੱਖਿਆ ਹੁੰਦਾ, ਅਤੇ ਨਾਲ ਤਰਸੂਲ ਦੇ ਡੋਰੂ ਵੀ ਬੰਨਿਆ ਹੁੰਦਾ। ਡਰਾਮਾ ਤਾਂ ਪੂਰਾ ਕਰਦੇ ਨਾ ਲੋਕ, ਇੱਕ ਵਾਰੀ ਤਾਂ ਅਗਲੇ ਨੂੰ ਭਰਮਾ ਲੈਂਦੇ ਆ, ਅਤੇ ਇਹਨੂੰ ਵੀ ਸਾਰਾ ਠਾਠਾ ਬਾਗਾ ਪੂਰਾ ਬਣਾ ਲਿਆ, ਅਤੇ ਆ ਕੇ ਕਹਿੰਦੀ ਹੇ ਬੇਟਾ ਤੂੰ ਸੱਚਾ ਹੈ, ਮੈਨੂੰ ਪਤਾ ਹੈ ਤੇਰੇ 'ਤੇ ਜ਼ੁਲਮ ਹੋ ਰਿਹਾ, ਬਹੁਤ ਧੱਕਾ ਹੋ ਰਿਹਾ, ਇੱਕ ਤਾਂ ਤੇਰਾ ਪਿਤਾ ਮਰ ਗਿਆ, ਤੂੰ ਯਤੀਮ ਹੋਇਆ, ਮਾਤਾ ਤੇਰੀ ਵਿਧਵਾ, ਅਤੇ ਤੇਰੇ 'ਤੇ ਬੜਾ ਕਹਿਰ ਹੋ ਰਿਹਾ, ਮੈਨੂੰ ਦਇਆ ਆਈ ਹੈ, ਅਤੇ ਮੈਂ ਉੱਥੋਂ ਵੈਸ਼ਨੂ ਦੇਵੀ ਹੈ, ਪਹਾੜ 'ਚੋਂ ਚੱਲ ਕੇ ਆਈ ਤੇਰੀ ਰੱਖਿਆ ਵਾਸਤੇ, ਲੋਕ ਤਾਂ ਮੇਰੇ ਕੋਲ ਆਉਂਦੇ ਆ, ਮੈਂ ਤੇਰੀ ਰੱਖਿਆ ਲਿਆ ਆਈ ਹਾਂ,
ਪਹਿਲਾਂ ਤੋਂ ਹੋ ਗਿਆ ਪ੍ਰਭਾਵਿਤ, ਅਤੇ ਲਾਈਟ ਵੀ ਫਰਜ਼ੀ ਜਿਹੀ ਬਣਾਈ ਹੋਈ ਸੀ ਅਤੇ ਸੱਚ ਦੱਸਦੇ ਨਹੀਂ ਬਾਦਸ਼ਾਹ ਤੈਨੂੰ ਫਾਂਸੀ ਲਟਕਾ ਦੇਗਾ, ਮੈਂ ਤੈਨੂੰ ਬਚਾ ਦੂੰਗੀ। ਪਹਿਲਾਂ ਤਾਂ ਥੋੜ੍ਹਾ ਜਿਹਾ ਤਿਆਰ ਹੋਣ ਲੱਗ ਪਿਆ, ਉਹ ਹੁਣ ਸੰਤਾਂ ਦਾ ਭਜਨ ਕੰਨ 'ਚ ਪਿਆ ਸੀ ਅਤੇ ਦੇਵਤੇ ਦਾ ਪਰਛਾਵਾਂ ਨਹੀਂ ਹੁੰਦਾ, ਪੈਰ ਧਰਤੀ ਨਾਲ ਨਹੀਂ ਲੱਗਦੇ ਹੁੰਦੇ, ਕੁਦਰਤੀ ਪ੍ਰਕਾਸ਼ ਹੁੰਦਾ, ਅੱਖਾਂ ਨਹੀਂ ਝਮਕਦੇ, ਉਹਦੇ 'ਚ ਸਾਰੇ ਹੀ ਇਹੋ ਜਿਹੇ ਲੱਛਣ ਸੀਗੇ। ਉਹ ਕਿਹਾ ਇਹ ਤਾਂ ਫਰਜ਼ੀ ਹੈ, ਬੋਗ ਸਹੀ ਹੈ ਅਤੇ ਮਨ ਦ੍ਰਿੜ ਕਰ ਲਿਆ, ਹੁਣ ਦੱਸਿਆ ਨਹੀਂ। ਅਤੇ ਰਾਜੇ ਨੇ ਕੋਈ ਨਜਾਇਜ਼ ਪਸਾਤਾ ਇਹ, ਉਹ ਕਿਹਾ ਵੀ ਬੰਦਾ ਤਾਂ ਸਹੀ ਪਸਾਇਆ ਪਰ ਕਿਸੇ ਗੱਲ 'ਤੇ ਆਇਆ ਨਹੀਂ। ਰਾਜੇ ਨੇ ਕਿਹਾ ਵੀ ਛੱਡ ਦਿਓ। ਰਾਜਾ ਕਹਿੰਦਾ ਕਾਕਾ ਦੱਸ। ਉਹ ਕਹਿੰਦੇ ਮਹਾਰਾਜ ਗੱਲ ਇਹ ਹੈ, ਮੈਂ ਫਲਾਣੇ ਡਾਕੂ ਦਾ ਚੋਰ ਦਾ ਪੁੱਤ ਹਾਂ, ਚੋਰੀ ਮੈਂ ਹੀ ਕੀਤੀ ਹੈ। ਮੇਰੀ ਮਾਂ ਨੇ ਕਿਹਾ ਕੁੱਟਣ ਮਾਰਨ ਸੱਚ ਨਹੀਂ ਬੋਲਣਾ ਅਤੇ ਦੱਸਣਾ ਨਹੀਂ ਕਦੀ ਵੀ, ਅਤੇ ਨਾਲ ਕਿਹਾ ਅਸੀਂ ਗੁਰਦੁਆਰੇ ਜਾਣਾ, ਸੰਤਾਂ ਦੀ ਕਥਾ ਨਹੀਂ ਸੁਣਨੀ, ਚੋਰੀ ਮੈਂ ਕੀਤੀ ਗਿਆ ਨਹੀਂ। ਇਹ ਰਸਤਾ ਸਿੱਧਾ ਹੀ ਲੰਘਣ ਲੱਗਾ ਸੀ, ਪੈਰ 'ਚ ਵੱਜ ਗਿਆ ਕੰਡਾ, ਕੁਦਰਤੀ ਸੰਤਾਂ ਦੇ ਬਚਨ ਕੰਨ 'ਚ ਪੈ ਗਏ, ਉਹ ਸੰਤ ਦੇ ਬਚਨ ਮੈਨੂੰ ਬਚਾ ਰਹੇ ਹਨ। ਰਾਜਾ ਕਹਿੰਦਾ ਕਿਵੇਂ ਸਾਰੀ ਹਕੀਕਤ ਸੁਣਾ। ਜਿਲੇ ਸਾਰੀ ਸੁਣਾਈ, ਰਾਜਾ ਇੰਨਾ ਪ੍ਰਭਾਵਿਤ ਹੋਇਆ ਕਿ ਇੱਕ ਧਰਮਸ਼ਾਲਾ 'ਚ ਲੰਘਦੇ ਹੋਏ ਨੇ ਚੋਰ ਨੇ ਬਚਨ ਪਏ ਅਤੇ ਉਹਨੂੰ ਅਸਲੀਅਤ ਦਾ ਗਿਆਨ ਹੋਇਆ ਅਤੇ ਅੱਜ ਫਾਂਸੀ ਤੋਂ ਬਚ ਰਿਹਾ, ਅਤੇ ਰਾਜਾ ਵੀ ਸੰਤਾਂ ਦਾ ਸ਼ਰਧਾਲੂ ਬਣ ਗਿਆ। ਪਤਾ ਨਹੀਂ ਕਿਹੜੇ ਵੇਲੇ ਦਾ ਚੰਗਾ ਬਚਨ ਸੁਣਿਆ ਕੰਮ 'ਤੇ ਜਾਂਦਾ ਨਾ, ਅਤੇ ਬੁਰੇ ਬਚਨ ਸੁਣ ਲਏ ਤਾਂ ਦੌੜੇ ਫਿਰਦੇ ਹਾਂ। ਬੁਰੇ ਕੰਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਸਿਲ ਮੇਂ ਤਾਂ ਨੀਂਦ ਵੀ ਨਹੀਂ ਆਉਂਦੀ, ਨਕਲਾਂ ਹੁੰਦੀਆਂ ਹੁਣ, ਰਾਸਾਂ ਪੈਂਦੀਆਂ ਹੁਣ, ਪੱਬਾਂ ਕਲਬਾਂ 'ਚ ਜਾ ਕੇ ਘੁੰਗਰੂ ਬੰਨ ਬੰਨ ਨੱਚਦੇ, ਢੋਲ ਢਮੱਕਾ ਖੜਕਦਾ, ਗੁਰਦੁਆਰੇ ਆਉਣਾ ਨਹੀਂ। ਜੇ ਆ ਗਿਆ ਨਾ ਬਸ ਉਦੋਂ ਹੀ ਅੱਖਾਂ ਮੀਟ ਹੋਣ ਲੱਗ ਪੈਣੀਆਂ, ਕਿਉਂਕਿ ਪਾਪੀ ਭਗਤ ਨ ਭਾਵੀ, ਹਰ ਕੀ ਪੂਜਾ ਨਾ ਸੁਖਾਏ, ਮੱਖੀ ਚੰਦਨ ਪਰ ਹਰੇ ਜਹਿ ਬਗੰਧ ਤੈਂ ਜਾਏ। ਪਾਪੀ ਨੂੰ ਹਰੀ ਦੀ ਭਗਤੀ ਚੰਗੀ ਨਹੀਂ ਲੱਗਦੀ, ਹਰੀ ਦੀ ਪੂਜਾ ਨਹੀਂ ਚੰਗੀ ਲੱਗਦੀ। ਕਹਿਣਗੇ ਭਾਈ ਪਖੰਡ ਕਰਨ ਡੈ, ਬਹੁਤ ਗੱਲਾਂ ਕਰਦੇ ਲੋਕ, ਹਰ ਕੀ ਪੂਜਾ ਨਾ ਸੁਖਾਏ, ਮਾਖੀ ਚੰਦਨ ਪਰ। ਮਾਖੀ ਜਿਹੜੀ ਹੈ ਸੁਗੰਧੀ ਵਾਲੇ ਚੰਦਨ 'ਤੇ ਥੋੜ੍ਹੀ ਬੈਠੂਗੀ, ਜਿੱਥੇ ਬੇਸ਼ਟਾ ਪਿਆ ਹੋਊ ਉੱਥੇ ਜਾ ਭਿਣ ਭਿਣ ਕਰੂਗੀ। ਇਸ ਤਰ੍ਹਾਂ ਜਿਹੜੇ ਮਨਮੁੱਖ ਲੋਕ ਆ, ਜਿੱਥੇ ਚੰਦਨ ਮੰਗ ਗੁਰੂ ਕੀ ਸੰਗਤ 'ਚ ਨਾਮ ਬਾਣੀ ਦੀ ਸ਼ੁੱਭ ਗੁਣਾਂ ਦੀ ਸੁਗੰਧੀ, ਉੱਥੇ ਤਾਂ ਬਹਿਣਗੇ ਨਹੀਂ, ਅਤੇ ਖੁੰਡ ਪਾਲਟੀ 'ਚ ਜਾ ਕੇ ਦਿਨ ਰਾਤ ਨਿੰਦਿਆ ਚੁਗਲੀਆਂ ਲੋਕਾਂ ਦੇ ਪੋਤੜੇ ਧੋਂਦੇ ਆ, ਅਤੇ ਜਵਾਨ ਨੂੰ ਬੇਲਚਾ ਬਣਾਇਆ, ਉਹਨਾਂ ਗੰਦ ਚੁੱਕਦੇ ਰਹਿੰਦੇ। ਇਸ ਕਰਕੇ ਮਹਾਰਾਜ ਦੱਸਦੇ ਆ ਵੀ ਸੰਗਤ ਕਰਨੀ ਜਿਹੜੀ ਹੈ ਉਹਦਾ ਕੀ ਮਹਾਤਮਾ। ਹਾਂਜੀ, ਸਾਰੰਗ ਮਹੱਲਾ ਪੰਜਵਾਂ, ਸਾਰੰਗ ਰਾਗ ਦੀ ਬਾਣੀ, ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੇ ਉਪਦੇਸ਼ ਸਰਵਣ ਕਰਨ ਦਾ ਸੁਭਾਗਾ ਸਮਾਂ
ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਪ੍ਰਾਪਤ ਹੋ ਰਿਹਾ। ਮਹਾਰਾਜ ਦਾ ਕੋਟਾਂ ਨੂੰ ਕੋਟ ਧੰਨਵਾਦ ਕਰੀਏ। ਉਹ ਸੰਤਾਂ ਦਾ ਲੱਛਣ ਕੀ ਹੈ? ਮਨ ਕਰਕੇ ਵੀ, ਤਨ ਕਰਕੇ ਵੀ। ਮਨ ਕਰਕੇ ਭਜਨ ਦਾ ਵਿਹਾਰ ਕਰਦੇ ਆ, ਤਨ ਕਰਕੇ ਸੇਵਾ ਦਾ ਵਿਹਾਰ ਕਰਦੇ ਆ। ਸਰੀਰ ਨੂੰ ਸੇਵਾ 'ਚ ਲਾ ਛੱਡਦੇ ਆ, ਮਨ ਨੂੰ ਕਥਾ ਕੀਰਤਨ ਸੁਣਨਾ ਭਜਨ 'ਚ ਲਾ ਛੱਡਦੇ ਆ। ਅਤੇ ਗਿਆਨੀ ਜੀ ਤੁਸੀਂ ਲੇਟ ਆਏ ਹੋ, ਜਦੋਂ ਡਿਊਟੀ 'ਤੇ ਹੁੰਦੇ ਸੀ ਟਾਈਮ ਨਾਲ ਤੋਂ ਉਦੋਂ ਨਾ ਸੌਂਦੇ ਹੁੰਦੇ, ਇਹ ਤਾਂ ਤੁਹਾਨੂੰ ਪਹਿਲਾਂ ਤੋਂ ਬਿਮਾਰੀ ਰਹੀ ਹੈ ਨਾ। ਜਦੋਂ ਡਿਊਟੀ 'ਤੇ ਹੁੰਦੇ ਸੀ ਉਦੋਂ ਵੀ ਕਦੀ ਟਾਈਮ ਨਾਲ ਨਾ ਸਾਏ, ਹੁਣ ਤਾਂ ਫਿਰ ਕੰਮ ਖੁੱਲ੍ਹਾ ਹੀ ਆ, ਖੁੱਲ੍ਹਾ ਪਾਣੀ ਵੱਢਿਆ ਹੋਵੇ ਜਿਹਦੇ ਮਰਜ਼ੀ ਆਈ ਜਾਏ। ਸੋ ਇਸ ਕਰਕੇ ਕਹਿੰਦੇ ਉਹ ਮਨ ਕਰਕੇ ਵੀ, ਤਨ ਕਰਕੇ ਵੀ, ਹਾਂਜੀ, ਉਹ ਵਿਹਾਰ ਕਰਦੇ ਆ ਜੀਵੇ ਨਾਲ। ਇਹ ਸਰੀਰ ਰੂਪੀ ਨੌਕਾ ਸੰਸਾਰ ਸਾਗਰ ਤੋਂ ਪਰਲੇ ਕਿਨਾਰੇ ਲੱਗ ਜਾਏ, ਪਾਰ ਤਾਰਾ ਹੋ ਜਾਵੇ। ਪ੍ਰੇਮ ਭਗਤ ਗੁਣ ਗਾਵਨ ਕੀਤੇ, ਬਸ ਪ੍ਰੇਮ ਅਤੇ ਭਗਤੀ ਵਿੱਚ ਗੁਣ ਗਾਉਂਦੇ। ਅੱਜ ਕੱਲ੍ਹ ਤਾਂ ਸੁੱਕੇ ਰੋਡ ਚੱਬਦੇ ਹਨ, ਪ੍ਰੇਮ ਹੈ ਨਹੀਂ ਅੰਦਰ, ਭਗਤੀ ਹੈ ਨਹੀਂ, ਸ਼ਰਧਾ ਹੈ ਨਹੀਂ। ਪ੍ਰੇਮ ਭਗਤ ਧਾਰਨ ਕਰਕੇ ਇਸ ਜਿਹੜੀ ਰੀਤੀ ਹੈ ਇਹਦੇ 'ਚੋਂ ਗਿੱਧੇ ਗਿੱਝੇ ਹੋਏ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦੇ ਹਨ। ਆ ਸੰਸਾਰ ਦਾ ਜਿੰਨਾ ਡਰਾਮਾ ਮਾਇਆ ਨਾ, ਕਾਮ ਕ੍ਰੋਧ ਦੀ ਆਗਿਆ, ਈਰਖਾ ਨਫ਼ਰਤ ਘਿਰਣਾ, ਇਹ ਜਿੰਨੀ ਬੁਰਾਈ ਹੈ ਇਹ ਨਹੀਂ ਉਹਨਾਂ ਨੂੰ ਪਾਉਂਦੀ। ਜਿਵੇਂ ਪਾਣੀ ਵਿੱਚ ਕਵਲ ਨਰਲੇਪ ਰਹਿੰਦਾ, ਇਵੇਂ ਕਿਵੇਂ ਵਿੱਚੇ ਮਾਇਆ ਪਾਇਆ ਨਰਲੇਪ ਅਵਸਥਾ ਵਿੱਚ ਰਹਿੰਦੇ ਹਨ। ਹਾਂ, ਕਾਗਜ਼ ਨੂੰ ਤੇਲ ਲਾ ਦਈਏ ਅਤੇ ਗਲਦਾ ਨਹੀਂ ਨਾ, ਬਸ ਅੰਦਰ ਪ੍ਰੇਮ ਰੂਪੀ ਸੁਨੇਹ ਤੇਲ ਹੈ, ਸ਼ਰਧਾ ਰੂਪੀ ਬੇੜੀ ਹੈ, ਉਹੀ ਪਾਰ ਲੱਗੂਗੀ। ਸ਼ਰਧਾ ਦਾ ਬੇੜਾ ਪਾਰ ਹੁੰਦਾ ਨਾ, ਬੇੜੀ ਪਾਣੀ 'ਚ ਚੱਲੂਗੀ, ਅਤੇ ਜਿਹੜੇ ਰੜੇ ਘਰੀਸੇ ਫਿਰੋਂਗੇ ਫਿਰ ਤਾਂ ਕਿਸੇ ਕੰਢੇ ਨਹੀਂ ਨਾ ਲੱਗਣੇ। ਜਿਹੜੇ ਸ਼ਰਧਾ ਤੋਂ ਹੀਣੇ ਆ ਉਹ ਜੀਵਨ ਦੀ ਨੌਕਾ ਨੂੰ ਟਿੱਬਿਆਂ 'ਤੇ ਘੜੀਸ ਰਹੇ ਆ, ਕਿਸੇ ਪਾਸੇ ਨਹੀਂ ਲੱਗਦੇ ਹੁੰਦੇ ਉਹ, ਨਾ ਇੱਧਰ ਦੇ ਨਾ ਉੱਧਰ ਦੇ। ਪਰ ਜਿਹੜੇ ਸ਼ਰਧਾਲੂ ਬੰਦੇ ਆ ਉਹਨਾਂ ਦੇ ਅੱਖਾਂ 'ਚ ਅੱਥਰੂ ਆਉਣਗੇ, ਗਲ ਪਿਆਰ ਨਾਲ ਭਰ ਜਾਊਗਾ, ਉਹ ਰੋਮਾਂ 'ਚ ਖੜ੍ਹੇ ਹੋ ਜਾਣਗੇ, ਗੁਰੂ ਦੇ ਬਚਨ ਸੁਣ ਕੇ ਐਨ ਆਨੰਦ ਸਰੂਪ ਦੇ ਵਿੱਚ ਟਿਕ ਜਾਣਗੇ, ਧਿਆਨ ਇਸ ਸਮਾਧੀ ਲੱਗ ਜੂਗੀ। ਪਰ ਆਪਣਾ ਉਹਦੇ ਨਾਲ ਮਤਲਬ ਕੋਈ ਨਹੀਂ, ਵੀ ਸਮਾਧੀ ਲਾਉਣੀ ਤੋਂ ਗੋਰਖਨਾਥ ਹੁਣੀ ਲਾ ਗਏ, ਆਪਾਂ ਨੂੰ ਕੀ ਲੋੜ ਹੈ? ਆਪਾਂ ਨੂੰ ਨਹੀਂ ਲੋੜ ਹੋਣ, ਪਰ ਸਮਾਧੀ ਲਾਉਣੀ ਭਜਨ ਕਰਨਾ ਤਾਂ ਚੰਗਾ ਹੀ ਹੈ, ਚਾਹੇ ਕੋਈ ਵੀ ਕਰੇ। ਗੁਰਸਿੱਖਾਂ ਦੀ ਸਮਾਧੀ ਧੰਨ ਗੁਰੂ ਅਰਜਨ ਸਾਹਿਬ ਤੱਤੀ ਤਵੀ 'ਤੇ ਵੀ ਲੱਗੀ ਰਹੀ ਹੈ, ਭਾਈ ਤਾਰੂ ਸਿੰਘ ਖੋਪਰੀ ਲਹਾ ਕੇ ਵੀ ਸਮਾਧੀ ਲਾਈ ਬੈਠਾ ਰਿਹਾ, ਅਤੇ ਆਪਾਂ ਡਨਲੋਪ ਦੇ ਗੱਦਿਆਂ 'ਤੇ ਏ ਸੀ ਵੀ ਛੱਡੀ ਹੈ ਫਿਰ ਵੀ ਤੜਫੀ ਜਾਂਦੇ ਹਾਂ, ਕਹਿੰਦੇ ਨਾ ਦਿਨ ਚੈਨਿਆ ਨਾ ਰਾਤ ਚੈਨਿਆ। ਅਤੇ ਹੁਣ ਦੱਸੋ ਇਹ ਤਾਂ ਹੈ ਨਹੀਂ ਵੀ ਟੱਪ 'ਚ ਠੰਡਾ ਬਰਫ ਵਾਲਾ ਪਾਣੀ ਪਾ ਕੇ ਤੁਹਾਨੂੰ ਲਟਾ ਛੱਡੀਏ, ਸ਼ਾਂਤੀ ਤਾਂ ਹੀ ਆਊਗੀ ਜੇ ਭਜਨ ਬਾਣੀ ਕਰੋਗੇ, ਨਾਮ ਬਾਣੀ ਨਾਲ ਜੁੜੋਗੇ,
ਫਿਰ ਤਾਂ ਸ਼ਾਂਤੀ ਆਊਗੀ। ਅਤੇ ਜਿਹੜੇ ਪੁੱਠੇ ਕੰਮ ਕਰਦੇ ਆ ਉਹ ਤਾਂ ਮਨ ਨੂੰ ਅਸ਼ਾਂਤ ਹੀ ਕਰਨਗੇ। ਹਾਂਜੀ, ਗੁਰੂ ਸਾਹਿਬ ਦੱਸਦੇ ਹਨ, ਵਿਸਰਾਮ ਦੇ ਕੇ ਪਾਤਸ਼ਾਹ ਕਿਰਪਾ ਕਰਦੇ ਹਨ। ਉਹਨਾਂ ਸੰਤਾਂ ਦਾ ਲੱਛਣ ਕੀ ਹੈ? ਗੁਰਸਿੱਖਾਂ ਦਾ ਸਾਧ ਸੰਗਤ ਕਹਿੰਦੇ ਕੰਨਾਂ ਨਾਲ ਹਰੀ ਦਾ ਜਸ ਸੁਣਦੇ। ਹਾਂਜੀ, ਸਵਾਮੀ ਜਿਹੜਾ ਦੁਨੀਆਂ ਦਾ ਨਾਥ ਮਾਲਕ ਆ ਨਾ, ਉਹਦੇ ਨਾਂ ਦਾ ਸਿਮਰਨ ਕਰਦੇ। ਹੁਣ ਸਵਾਮੀਆਂ ਦਾ ਤਾਂ ਕੋਈ ਅੰਤ ਨਹੀਂ, ਦਾਸ ਤਾਂ ਕੋਈ ਹੈ ਨਹੀਂ, ਸਾਰੇ ਸਵਾਮੀ ਬਣੇ ਬੈਠੇ। ਆ ਦਰਬਾਰ ਸਾਹਿਬ 'ਤੇ ਅਟੈਕ ਹੋਇਆ, ਸਿੰਘ ਸਿੰਘ ਸ਼ਹੀਦ ਹੋਏ, ਕਿੰਨਾ ਜ਼ੁਲਮ ਹੋਇਆ। ਕਿਸੇ ਸਵਾਮੀ ਨੇ ਹਾਂ ਦਾ ਨਾਰਾ ਮਾਰਿਆ, ਕਿਸੇ ਦੇ ਮਨ 'ਚ ਦਇਆ ਆਈ, ਕਿਸੇ ਨੇ ਹਾਂ ਦਾ ਨਹੀਂ ਮਾਰਿਆ। ਅਤੇ ਜਿੱਦਣ ਨੌਵੇਂ ਪਾਤਸ਼ਾਹ ਸ਼ਹੀਦ ਹੋਏ ਸੀ ਨਾ ਚਾਂਦਨੀ ਚੌਕ, ਭਾਈ ਜੈਤੇ ਨੂੰ ਪੁੱਛਿਆ ਕਿ ਜੈਤਿਆ ਕਿਸੇ ਨੇ ਹਾਂ ਦਾ ਨਾਮ ਮਾਰਿਆ? ਕਹਿੰਦੇ ਮਹਾਰਾਜ ਸਭ ਲੋਕ ਗਏ। ਕਹਿੰਦੇ ਅੱਛਾ, ਹੁਣ ਫਿਰ ਮੈਂ ਇਹੋ ਜਿਹਾ ਖਾਲਸਾ ਸਾਜਾਂਗਾ, ਉਹ ਮੇਰਾ ਸਿੰਘ ਲੱਖਾਂ 'ਚ ਲੁਕੋਇਆ ਵੀ ਨਹੀਂ ਲੁਕੂਗਾ। ਉਵੇਂ ਤਾਂ ਕੀ ਲੁਕਣਾ, ਲੁਕੋਇਆ ਵੀ ਨਹੀਂ ਲੁਕੂਗਾ। ਲੁਕੇ ਫਿਰ ਇੱਕ ਕਾਹਦੀ ਤਾਕਤ ਹੈ? ਕੰਨਾਂ ਨਾਲ ਬਾਣੀ ਸੁਣਦੇ ਆ, ਕੀਰਤਨ ਜਸ ਕਥਾ, ਅਤੇ ਸਵਾਮੀ ਨਾਥ ਦਾ ਮਾਲਕ ਦਾ ਸਿਮਰਨ ਕਰਦੇ। ਅੱਜ ਕੱਲ੍ਹ ਸਿੱਖੀ ਸੇਵਕੀ ਤੋਂ ਮੱਥੇ ਟਿਕਾਉਣ ਵਾਲੇ ਸਵਾਮੀ ਬਹੁਤ ਹੈ, ਕੰਨਾ ਮੰਨਾ ਕੁਰ ਕਰਨ ਵਾਲੇ ਬਹੁਤ ਹੈ, ਪਰ ਕਿਸੇ 'ਤੇ ਬਿਵਤਾ ਪੈ ਜਾਏ ਉਹਦੀ ਸਹਾਇਤਾ ਕਰਨ ਲਈ ਕੋਈ ਹਾਂ ਦਾ ਨਾਰਾ ਮਾਰਨ ਵਾਲਾ ਨਹੀਂ ਨਜ਼ਰ ਆਉਂਦਾ ਹੈ। ਇਹ ਸਾਧੂ ਦਾ ਆਚਾਰ ਕਰਤੱਵ ਆ। ਸਾਧੂ ਦਾ ਲੱਛਣ ਦਸਵੇਂ ਪਾਤਸ਼ਾਹ ਨੇ ਕੀ ਕੀਤਾ? ਸਮੇਂ ਅੰਤ ਪਰ ਹੋਤ ਸਹਾਈ, ਤਾਂ ਤੇ ਸੰਖਿਆ ਸੰਤ ਬਤਾਈ। ਜਿਹੜਾ ਸੰਕਟ ਵਿੱਚ ਕਿਸੇ ਦੀ ਬਾਂਹ ਫੜਦਾ, ਸਹਾਇਤਾ ਕਰਦਾ, ਉਹੀ ਸੰਤ। ਉੱਧਰ ਤਾਂ ਆਪਾਂ ਜਾਣਾ ਨਹੀਂ, ਇੱਕੋ ਗੱਲ ਫੜ ਲਈ ਹੈ, ਇਹ ਬਾਣੀ ਨਹੀਂ ਹੈ, ਬਸ ਸੁਹਾਗਾ ਫੜਿਆ ਹੋਇਆ। ਸੱਚ ਬੋਲਣ ਨੂੰ ਵੀ, ਸੱਚ ਬੋਲਦਿਆਂ ਦਾ ਵੀ ਮੂੰਹ ਬੰਦ ਕਰਨਾ ਚਾਹੁੰਦੇ ਲੋਕ, ਇਸ ਪਾਸੇ ਤੁਰੇ ਹੋਏ ਆ। ਪਾਤਸ਼ਾਹ ਜੀ ਦੱਸਦੇ ਹਨ, ਇਹ ਸਾਧੂ ਦਾ ਆਚਾਰ ਕਰਤੱਵ ਆ, ਉਹਦੇ ਵਿੱਚ ਐਸੀ ਜੁਰਤ ਹੈ, ਉਹ ਸੱਚ 'ਤੇ ਖਲੋਂਦਾ ਹੈ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋਗਰ ਦੱਸੇ ਬਾਟ ਮਰੀਦਾਂ ਜੋਲੀਏ। ਹਾਂਜੀ, ਗੁਰੂ ਮਹਾਰਾਜ ਦੇ ਚਰਨਾਂ ਦਾ ਪਿਆਰ ਉਹਦੇ ਰਿੱਧ ਹਿਰਦੇ ਦੇ ਅੰਦਰ ਇਸਤਤ ਮੈਨੇ ਟਿਕਿਆ ਰਹਿੰਦਾ। ਉਹ ਤਾਂ ਬੰਦ ਬੰਦ ਕੱਟਿਆ ਜਾਏ, ਆਰਾ ਫਿਰ ਜਾਏ, ਜਗੂਰਾਂ ਨਾਲ ਮਾਸ ਨੋਚੇ ਜਾਣ, ਚਰਖੜੀਆਂ ਦੇ ਤੂੰਬੇ ਤੂੰਬੇ ਹੋ ਜਾਣ। ਪਿਆਰ ਹੋਇਆ ਤੂੰਬੇ ਤੂੰਬੇ, ਸਰੀਰ ਤਾਂ ਕਰ ਦਿੱਤਾ, ਪਿਆਰ ਤਾਂ ਅਡੋਲ ਰਿਹਾ ਨਾ। ਇਹ ਉਹਨਾਂ ਦਾ ਆਚਾਰ ਕਰਤੱਵ ਹੈ। ਉਹਨਾਂ ਦੀ ਪੂਜਾ ਕੀ ਹੈ? ਪਰਮੇਸ਼ਰ ਦਾ ਨਾਂ ਹੀ ਉਹਨਾਂ ਦੇ ਪ੍ਰਾਣਾਂ ਦਾ ਆਧਾਰ ਆ। ਉਸ ਉਹ ਜਿਹੜੇ ਫੜ ਲਿਆ ਨਾ ਬੰਦੇ ਬਹਾਦਰ ਨੂੰ, ਉਹ ਕਹਿੰਦੇ ਵੀ 8 ਮਹੀਨੇ ਅੜੇ ਰਹੇ, ਕੀ ਬਰਕਤ ਕੀ ਸੀ? ਕਹਿੰਦੇ ਇਤਫਾਕ ਬਹੁਤ ਹੈ।
ਕਹਿੰਦੇ ਉਹ ਕਿਵੇਂ ਦੇਖਿਆ ਜਾਏ? ਕਹਿੰਦੇ ਦੇਖ ਲਓ, ਇੱਕ ਫੁਲਕਾ ਦਿਓ। ਇੱਕ ਫੁਲਕਾ ਦਿੱਤਾ ਬੰਦੇ ਬਹਾਦਰ ਨੂੰ, ਲਓ ਬਈ। ਉਹ ਕਹਿੰਦਾ ਜਿਹੜਾ ਸਾਰਿਆਂ ਤੋਂ ਛੋਟਾ ਬੱਚਾ ਉਹਨੂੰ ਦੇ ਦਿਓ, ਅਤੇ ਨਿਆਣੇ ਨੂੰ ਭੁੱਖ ਜ਼ਿਆਦਾ ਲੱਗਦੀ ਹੁੰਦੀ ਹੈ। ਅਤੇ ਗੁਰੂ ਘਰ ਦੇ ਵਿੱਚ ਨਿਆਣੇ ਵੀ ਚੰਡੇ ਹੋਏ ਆ, ਭੁਚੰਗੀ ਜਿਹੜੇ ਆ, ਜਿਨ੍ਹਾਂ ਦੇ ਅੰਦਰ ਅੰਬਰ ਦੇ ਘੁੱਟ ਚੱਲ ਗਿਆ। ਬਾਬਾ ਜੋਰਾਮ, ਬਾਬਾ ਫਤਿਹ ਸਿੰਘ, ਕੋਈ ਉਮਰਾਂ ਨਾਲ ਬਜ਼ੁਰਗੀ ਥੋੜ੍ਹੀ ਹੁੰਦੀ ਹੈ, ਬਜ਼ੁਰਗੀ ਤਾਂ ਹੁੰਦੀ ਆ ਗਿਆਨ ਧਿਆਨ ਨਾਲ। ਉਹ ਕਹਿੰਦੇ ਵੀ ਜਿਹੜਾ ਸਾਰਿਆਂ ਨਾਲੋਂ ਜ਼ਿਆਦਾ ਬੁੱਢਾ ਨਾ, ਬੁੱਢੇ ਨੂੰ ਛੇਤੀ ਭੁੱਖ ਲੱਗ ਜਾਂਦੀ ਹੁੰਦੀ ਹੈ, ਕਿਉਂਕਿ ਜ਼ਿਆਦਾ ਖਾ ਨਹੀਂ ਸਕਦਾ, ਉਹ ਥੋੜ੍ਹਾ ਖਾਣਾ, ਉਹ ਫਿਰ ਹਜਮ ਹੋ ਜਾਂਦਾ, ਭੁੱਖ ਲੱਗ ਜਾਂਦੀ ਹੈ, ਬੁੱਢੇ ਕੋ ਆ ਗਿਆ। ਉਹ ਕਹਿੰਦੇ ਜਿਹੜਾ ਨੌਜਵਾਨ ਹੁੰਦਾ ਨਾ, ਉਹਨੂੰ ਭੁੱਖ ਜ਼ਿਆਦਾ ਹੁੰਦੀ, ਜੇਠ ਰਗਨੀ ਬਹੁਤ ਤੇਜ਼ ਹੁੰਦੀ ਹੈ। ਉਹ ਘੁੰਮ ਘੁੰਮਾ ਕੇ ਬੰਦੇ ਬਹਾਦਰ ਕੋਲ ਫੁਲਕਾ ਆ ਗਿਆ। ਉਹ ਕਹਿੰਦੇ ਜਿੰਨੇ ਆ ਸਾਨੂੰ ਮਾਰਨ ਵਾਲੇ ਖੜ੍ਹੇ ਆ, ਜਿੰਨੇ ਸ਼ਹੀਦ ਹੋਣ ਲਈ ਬੈਠੇ ਆ, ਗੁਰੂ ਨਾਨਕ ਸਾਹਿਬ ਦਾ ਸਿਧਾਂਤ ਆ ਵੰਡ ਖਾਣਾ ਬੰਦਗੀ, ਦਿਖਾ ਖਾਣਾ ਲੁਕੋ ਖਾਣਾ ਗੰਦਗੀ, ਅਤੇ ਜਿਹੜਾ ਕਿ ਦਿਖਾ ਕੇ ਉਹ ਸ਼ਰਮਿੰਦਗੀ ਵਾਲੀ ਗੱਲ ਹੁੰਦੀ ਹੈ। ਇਹ ਰੋਟੀ ਦੇ ਉਹਨੇ ਭੋਰੇ ਟੁਕੜੇ ਕਰਕੇ ਸਾਰਿਆਂ 'ਚ ਵੰਡ ਦਿਓ। ਕਹਿੰਦੇ ਲੈ ਆਹ ਬਰਕਤ ਸੀ ਇਹਨਾਂ ਵਿੱਚ, ਆਹ ਬਰਕਤ ਹੈ ਨਾ। ਹੁਣ ਤਾਂ ਆਪਾਂ ਵੀ ਗੋਰਿਆਂ ਵਾਂਗ ਬਹੁਤ ਗਾਂਹ ਲੰਘੀ ਜਾਂਦੇ ਹਾਂ, ਆ ਜਿਹਨੇ ਬਾਹਰਲੇ ਸੂਬਿਆਂ ਤੋਂ ਆਉਂਦੇ ਨਾ, ਇਹਦਾ ਬੇਰ ਸਾਹਿਬ ਦੇਸੀ ਅਤੇ ਘਿਓ ਦੇ ਤੁੜਕੇ ਵਾਲੀ ਦਾਲ ਖਾਣਗੇ, ਰੋਟੀ ਕੜਾਹ ਪਰਚਾ ਚੱਲਣਗੇ ਇੱਥੇ ਆ ਕੇ, ਅਤੇ ਅਸੀਂ ਰੇਹੜੀਆਂ 'ਤੇ ਖਾਂਦੇ ਫਿਰਦੇ ਜਾ ਕੇ, ਸਾਡੀ ਹਾਲਤ ਇਹ ਬਣੀ। ਹੁਣ ਤਾਂ ਘਰਾਂ 'ਚ ਵੀ ਬੱਚੇ ਬੱਚਿਆਂ ਦਾ ਇਹ ਹਾਲ ਬਣਦਾ ਜਾ ਰਿਹਾ, ਪੰਜਾਂ ਸੱਤਾਂ ਸਾਲਾਂ ਨੂੰ ਘਰਾਂ 'ਚ ਰੋਟੀਆਂ ਪੱਕਣੀਆਂ ਬੰਦ ਹੋ ਜਾਣੀਆਂ, ਹੋਟਲਾਂ 'ਤੇ ਖਾਇਆ ਕਰਨਗੇ, ਜਿਵੇਂ ਗੋਰਿਆਂ ਦਾ ਹਾਲ ਹੋਵਾਲ ਹੈ ਨਾ, ਉਹ ਜਿਹਾ ਸਾਡਾ ਬਣਦਾ ਜਾ ਰਿਹਾ। ਬੀਬੀਆਂ ਰਾਣੀਆਂ ਵੀ ਹੁਣ ਬਹੁਤ ਸੋਹਲ ਹੋ ਜਾਂਦੇ ਆ, ਅਤੇ ਕਿਹੜਾ ਰੋਟੀ ਪਾਣੀ ਪਕਾਏ। ਸੋ ਇਸ ਕਰਕੇ ਸਾਧ ਸੰਗਤ ਜੀ, ਇਹ ਗੁਰਸਿੱਖਾਂ ਦੇ ਲੱਛਣ ਮਹਾਰਾਜ ਦੱਸ ਰਿਹਾ, ਅਤੇ ਅੱਜ ਅਸੀਂ ਕਿੱਧਰ ਤੁਰੇ ਹਾਂ ਇਹ ਤਰਾਜੂ ਫੜਾ ਕੇ ਮਹਾਰਾਜ ਤੋਲ ਤੋਲ ਕੇ ਦੱਸ ਰਹੇ ਹੈ। ਵਿਚਾਰ ਕਰ ਲਓ ਕਿ ਸਾਡਾ ਤਾਣਾ ਬਾਣਾ ਕਿੰਨਾ ਉਲਝਦਾ ਜਾ ਰਿਹਾ ਹੈ। ਉਹਨਾਂ ਦੀ ਪੂਜਾ ਕੀ ਹੈ? ਉਹ ਮੰਦਰ ਜਾ ਕੇ ਟੱਲ ਨਹੀਂ ਖੜਕਾਉਂਦੇ ਫਿਰਦੇ, ਵੀ ਉੱਥੋਂ ਬਿੱਲ ਦਾ ਪੱਤਾ ਤੋੜਿਆ, ਘਰੋਂ ਨਹੀਂ ਲਿਆਏ ਕੁਝ, ਉੱਥੋਂ ਤੋੜ ਕੇ ਉੱਥੇ ਸ਼ਿਵਲਿੰਗ 'ਤੇ ਰੱਖਿਆ। ਉਹਨਾਂ ਦੀ ਪੂਜਾ ਕੀ ਹੈ? ਪੂਜਾ ਪ੍ਰਾਣ ਸੇਵਕ ਜੇ ਸੇਵਾ ਇਨ ਬਿਦ ਸਾਹਿਬ ਰਬਤ ਰਹੇ। ਜਿਹੜਾ ਨਿਰੰਕਾਰ ਦਾ ਭਜਨ ਕਰਨਾ, ਇਹ ਉਹਨਾਂ ਦੀ ਪੂਜਾ। ਪਰਮੇਸ਼ਰ ਦਾ ਨਾਮ ਹੀ ਉਹਨਾਂ ਦੇ ਪ੍ਰਾਣਾਂ ਦਾ ਆਧਾਰ ਆਸਰਾ ਹੈ। ਇਹ ਦੀਨਾਂ 'ਤੇ ਦਇਆ ਕਰਨ ਵਾਲੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਅੱਗੇ ਵੀ ਆਪ ਜੀ ਨੇ, ਹੁਣ ਵੀ ਗਾਂਹ ਵੀ, ਸਾਡੀਆਂ ਬੇਨਤੀਆਂ ਸੁਣ ਲੈਣਾ ਕਰੋ। ਆਪ ਕਿਰਪਾ ਕਰਕੇ ਆਪਣੀ ਕਿਰਪਾ ਧਾਰਨਾ ਕਰੋ। ਹੇ ਪਾਤਸ਼ਾਹ, ਅਸੀਂ ਬਖਸ਼ਿਸ਼ ਕਰ ਦਿਓ ਨਿਤ ਹਮੇਸ਼ਾ ਵਾਸਤੇ ਤੇਰੇ ਨਾਮ ਦਾ
ਉਚਾਰਨ ਕਰਦੇ ਰਹੀਏ, ਗੱਪ ਕਪੋੜੇ ਤੋਂ ਬਚਾ ਕੇ ਰੱਖਿਓ। ਨਾਨਕ ਸਤ ਬਲਿਹਾਰ। ਹਾਂ, ਜਿਹੜੇ ਗੁਰਮੁਖ ਹਰ ਵੇਲੇ ਰਸਨਾ ਗੀਧੀ ਪਰਮਾਤਮਾ ਦਾ ਨਾਮ ਜਪਣ ਲਈ ਗਿੱਝ ਗਈ, ਕਹਿੰਦੇ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਓਂ ਕੁਰਬਾਨਾ ਜਾਓ ਤਿਨਾਂ ਕੇ, ਲੈਣ ਜੋ ਤੇਰਾ ਨਾਓ, ਲੈਣ ਜੋ ਤੇਰਾ ਨਾਓ ਤਿਨਾਂ ਕੇ ਹੋ ਸਾਧ। ਆ ਚੌਧਰੀਆਂ ਤੋਂ ਤਾਂ ਨਹੀਂ ਕਿਹਾ ਵੀ ਇਹਨਾਂ ਤੋਂ ਬਲਿਹਾਰ ਜਾਂਦੇ ਹਾਂ, ਜਿਹਨਾਂ ਦੀ ਚਮਚਾਗਿਰੀ ਕਰਦੇ ਹਾਂ, ਜਾ ਕੇ ਚੱਪਲਾਂ ਮੌਜੇ ਝਾੜਦੇ ਫਿਰਦੇ ਹਾਂ, ਕਿਹਨਾਂ ਤੋਂ ਬਲਿਹਾਰ ਕਿਹਾ? ਹੋ ਕੁਰਬਾਨਾ ਜਾਓ ਤਿਨਾਂ ਕੇ, ਲੈਣ ਜੋ ਤੇਰਾ ਨਾਓ, ਲੈਣ ਜੋ ਤੇਰਾ ਨਾਓ ਤਿਨਾਂ ਕਹਿ ਹੋ ਸਾਧ ਕਰਵਾ। ਆਹ ਦੇਖੋ ਮਹਾਰਾਜ, ਸਿਮਰਨ ਕਰਨ ਵਾਲਿਆਂ ਨੂੰ, ਭਜਨ ਕਰਨ ਵਾਲਿਆਂ ਨੂੰ, ਬਾਬਾ ਜਵਾਲਾ ਸਿੰਘ ਮਹਾਰਾਜ ਬੈਠੇ ਸੀਗੇ। ਇੱਕ ਪਹਿਲੀ ਉਮਰ ਦਾ ਸਾਧੂ ਆਇਆ, ਬਚਪਨ ਹੀ ਸੀ, ਸੰਤਾਂ ਨੇ ਉੱਠ ਕੇ ਲੰਮੇ ਪੈ ਕੇ ਡੰਡਵਤ ਪ੍ਰਣਾਮ ਕੀਤੀ ਅਤੇ ਸਿੰਘ ਕਹਿਣ ਲੱਗੇ, ਮਹਾਰਾਜ ਇਹ ਕੱਲ੍ਹ ਦਾ ਜਵਾਕੜਾ ਅਤੇ ਤੁਸੀਂ ਉੱਠ ਕੇ ਇਹਨੂੰ ਲੰਮੇ ਪੈ ਕੇ ਡੰਡਵਤ ਪ੍ਰਣਾਮ ਕੀਤੀ। ਕਹਿੰਦੇ ਇਮਤਾਨਿਆ, ਜਿਹਨੂੰ ਬਚਪਨ ਵਿੱਚ ਇਹ ਗਿਆਨ ਹੋ ਗਿਆ ਕਿ ਭਜਨ ਕਰਕੇ ਜੀਵਨ ਮਿਲਣਾ, ਤੈਨੂੰ ਤਾਂ ਬੁਢਾਪੇ ਵਿੱਚ ਵੀ ਬੋਤਲਾਂ ਟੱਪੀ ਜਾਂਦੇ ਆ। ਤਾਂ ਮੈਂ ਤੁਹਾਡੇ ਕਿਹਾ ਵੀ ਧਾਨਿਆ ਤੂੰ ਜਿਹੜਾ ਲੱਗ ਪਿਆ ਇਹ ਬਾਣੀ 'ਤੇ ਅਮਲ ਕਰ ਰਿਹਾ, ਆਰਾਮ ਜਪੋ ਜੀ ਐਸੇ ਐਸੇ ਧਰੂਮ ਪ੍ਰਹਿਲਾਦ ਜਪਿਓ, ਜਿਵੇਂ ਧੂਮ ਅਤੇ ਪ੍ਰਹਿਲਾਦ ਬਚਪਨ 'ਚ ਲੱਗ ਪਿਆ ਸੀ। ਪਰ ਆਪਾਂ ਨਹੀਂ, ਆਪਾਂ ਤਾਂ ਤਵੇ 'ਤੇ ਆਮਲੇਟ ਬਣਾ ਕੇ ਨਿਆਣੇ ਦੇ ਮੂੰਹ ਨੂੰ ਲਾਉਣਾ ਨਾ, ਫਿਰ ਉਹ ਜਪਜੀ ਸਾਹਿਬ ਕਿੱਥੋਂ ਪੜ੍ਹ ਲਊਗਾ, ਪੜ੍ਹੂਗਾ ਜਦੋਂ ਪਹਿਲਾਂ ਹੀ ਮੂੰਹ ਨੂੰ ਪੁੱਠੀਆਂ ਚੀਜ਼ਾਂ ਖਾਣ ਲਾ ਤਾ, ਭੱਖ ਭਾ ਖਾਣ ਲੱਗ ਪਿਆ, ਫਿਰ ਬਾਣੀ ਕਿੱਥੋਂ ਪੜ੍ਹੂਗਾ? ਮਾਈ ਉਹ ਕੰਨ ਖੋਲ੍ਹ ਕੇ ਸੁਣ ਲਓ ਗੱਲਾਂ, ਜਿਹੜੇ ਪਾਸੇ ਨਿਆਣੇ ਨੂੰ ਲਾਈ ਤੁਰੀ ਜਾਂਦੇ ਤੁਸੀਂ, ਫਿਰ ਆਉਂਦੀਆਂ ਬੱਚੇ ਕਹਿਣਾ ਨਹੀਂ ਮੰਨਦੇ, ਕਹਿਣਾ ਤਾਂ ਹੀ ਮੰਨਦੇ ਜੇ ਕੋਈ ਸਿੱਖਿਆ ਆਪਾਂ ਇਹੋ ਜਿਹੇ ਨਾ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਸਿੱਖਿਆ ਰਹੀ, ਨਾ ਘਰਾਂ 'ਚ ਰਹੀ, ਅਤੇ ਹੁਣ ਸੰਭਾਲੇ ਕੌਣ? ਅਤੇ ਗੁਰੂ ਘਰ ਆਪਾਂ ਬਹਿਣਾ ਨਾ ਹੋਇਆ, ਕਥਾ ਵਾਰਤਾ ਸੁਣਨੀ ਨਾ ਹੋਈ, ਅਤੇ ਜਿਹਦਾ ਕਥਾ ਵਾਰਤਾ ਸੁਣੋ, ਚਲੋ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਸਿੱਖਿਆ ਮਿਲਦੀ ਰਹਿਣੀ ਹੈ, ਪਿੱਛੇ ਵੀ ਹੁਣ ਵੀ ਗਾਂਹ ਵੀ ਚੱਲੀ ਜਾਣੀ ਹੈ, ਇਹ ਤਾਂ ਘਰ ਹਮੇਸ਼ਾ ਹੀ ਪ੍ਰਕਾਸ਼ ਦਿੰਦਾ ਹੀ ਰਹਿਣਾ ਇਸਨੇ, ਬਾਕੀ ਤਾਂ ਸਾਰੇ ਹਨੇਰਾ ਹੀ ਹਨੇਰਾ, ਇੱਥੋਂ ਹੀ ਪ੍ਰਕਾਸ਼ ਮਿਲਣਾ ਗਿਆਨ ਦਾ ਰੋਸ਼ਨੀ। ਸੋ ਇਸ ਕਰਕੇ ਪੜ੍ਹੋ ਫਿਰ। ਅਸੀਂ ਉਹਨਾਂ ਗੁਰਮੁਖ ਪਿਆਰਿਆਂ ਤੋਂ ਸਦਾ ਵਾਸਤੇ ਬਲਿਹਾਰ ਜਾਂਦੇ ਹਾਂ, ਅਤੇ ਅਸੀਂ ਹੁਣ ਭਜਨ ਵੀ ਫਾਰਮੈਲਿਟੀ ਬਣਾ ਲਿਆ, ਸੇਵਾ ਵੀ, ਅਤੇ ਸਾਡੀ ਫੋਟੋ ਆ ਜਾਏ ਟੈਲੀਵਿਜ਼ਨ 'ਚ ਨੈੱਟ 'ਤੇ, ਅੰਦਰ ਨਹੀਂ ਭਾਵਨਾ ਹੈ ਕਿ ਸੇਵਾ ਕਰਨੀ ਆ ਜਾਂ ਸ਼ਰਧਾ ਭਗਤੀ ਹੈ, ਦਿਖਾਵਾ ਹਰ ਪਾਸੇ ਹੋ ਗਿਆ, ਪਰ ਇਹ ਜਿਹੜਾ ਪ੍ਰਪੰਚ ਹੈ ਮਹਾਰਾਜ ਨੂੰ ਭਾਉਂਦਾ ਨਹੀਂ, ਮਹਾਰਾਜ ਜਾਣੇ ਜਾਣਿਆ, ਇੱਥੇ ਸ਼ਰਧਾ ਭਗਤੀ ਦਾ ਮੁੱਲ ਪੈਂਦਾ। ਇਹ ਸਾਧ ਸੰਗਤ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਸਾਰੰਗ ਰਾਗ 'ਚੋਂ, ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ ਆਪ ਜੀ ਨੂੰ ਸਰਵਣ ਕਰਨ ਦਾ ਇਹ ਸੁਭਾਗਾ ਸਮਾਂ ਮਿਲਿਆ। ਇਸ ਕਰਕੇ ਪਹਿਲੀ ਗੱਲ ਤਾਂ ਮਹਾਰਾਜ ਦੇ ਚਰਨਾਂ 'ਚ ਆਉਣਾ ਇਹੀ ਬਹੁਤ ਪੁੰਨ ਹੈ,
ਫਿਰ ਮਹਾਰਾਜ ਚਰਨਾਂ 'ਚ ਬੈਠਣਾ ਵੀ ਪਾਉਂਦੇ ਹਾਂ। ਫਿਰ ਮਹਾਰਾਜ ਦੇ ਚਰਨਾਂ 'ਚ ਬਹਿ ਕੇ ਪਾਠ ਕੀਰਤਨ ਕਥਾ ਸੁਣਨੀ ਭਜਨ ਕਰਨਾ ਇਹ ਬਹੁਤ ਵੱਡੇ ਪੁੰਨ ਕਰਮ। ਇਸ ਕਰਕੇ ਮਹਾਰਾਜ ਦਾ ਧੰਨਵਾਦ ਕਰਿਓ ਕਿ ਮਹਾਰਾਜ ਨੇ ਸਾਨੂੰ ਆਪਣੇ ਚਰਨਾਂ 'ਚ ਬਹਿਣ ਦਾ ਇਸ ਭਾਗਾ ਸਮਾਂ ਬਖਸ਼ਿਸ਼ ਕੀਤਾ। ਸੋ ਸੱਚੇ ਪਾਤਸ਼ਾਹ ਮਿਹਰ ਕਰਨ, ਇਹ ਪਵਿੱਤਰ ਉਪਦੇਸ਼ ਸਾਡੇ ਹਿਰਦਿਆਂ 'ਚ ਨਿਵਾਸ ਕਰਨ। ਆਈ ਸੰਗਤ ਨੂੰ ਜੀ ਆਇਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕਾਂ ਦਾ ਵੀ, ਸੰਗਤਾਂ ਦਾ ਵੀ, ਸੇਵਾਦਾਰਾਂ ਦਾ ਵੀ। ਅਤੇ ਗੁਰੂ ਮਹਾਰਾਜ ਕਿਰਪਾ ਕਰਨ ਕਿ ਖਾਲਸਾ ਪੰਥ ਇਸ ਵੇਲੇ ਫੁੱਟ ਦਾ ਸ਼ਿਕਾਰ ਬਹੁਤ ਹੋ ਰਿਹਾ। ਮਹਾਰਾਜ ਕਿਰਪਾ ਕਰੋ, ਇਹਨਾਂ 'ਚ ਏਕਤਾ ਅਤਫਾਕ ਪਿਆਰ ਪੈਦਾ ਕਰੋ, ਬਖਸ਼ਿਸ਼ ਕਰੋ। ਹੁਣ ਗਿਆਨੀ ਜੀ ਤੋਂ ਆਨੰਦ ਸਾਹਿਬ ਦਾ ਪਾਠ ਸੁਣੀਏ, ਫਿਰ ਅਰਦਾਸ ਬੇਨਤੀ, ਫਿਰ ਸ਼੍ਰੀ ਮੁਖਵਾਕ, ਫਿਰ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸਤਿਕਾਰ ਨਾਲ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।